ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਜਗਤੇ ਵਾਰ ਵਾਰ ਨਹੀਂ ਆਉਣਾ ਤੂੰ ਹੈ ਇਸ ਦੁਨੀਆ ਤੇ ਮੂਰਖਾ ਚਾ ਦਿਨਾਂ ਦਾ ਪਰਾਉਣਾ ਸ਼ਾਂਤੀ ਦੇ ਪੁੰਜ ਸੇਵਾ ਦੇ ਮੁਜੱਸਮੇ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਗੁਰਤਾ ਗੱਦੀ ਨੂੰ ਮੁੱਖ ਰੱਖ ਕੇ ਸਲਾਨਾ ਜੋੜ ਮੇਲੇ ਵਿੱਚ ਬੜੇ ਅਦਬ ਨਾਲ ਪ੍ਰੇਮ ਨਾਲ ਸਤਿਕਾਰ ਦੇ ਨਾਲ ਗੁਰਦੇਵ ਪਿਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੀ ਹੋ ਧੰਤਾ ਦੇ ਯੋਗ ਹੋ। ਗੁਰਦੇਵ ਪਿਤਾ ਨੇ ਬੜੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ, ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਨਾਲ ਜੁੜ ਰਹੇ। ਆਓ ਦਾਸ ਦੇ ਜਥੇ ਨੂੰ ਜਿੰਨਾ ਕੁ ਸਮਾਂ ਮਿਲਿਆ ਮੈਂ ਉਸ ਸਮੇਂ ਵਿੱਚ ਰਹਿ ਕੇ ਜੋ ਮੈਨੂੰ ਹੁਕਮ ਹੋਇਆ ਕੌਮ ਦੇ ਇੱਕ ਮਹਾਨ ਯੋਧੇ ਜਰਨੈਲ ਦੀ ਗਾਥਾ ਤੁਹਾਡੇ ਨਾਲ ਸਾਂਝੀ ਕਰਨੀ। ਮੈਂ ਆਪਣੀ ਤੁਸ਼ ਬੁੱਧੀ ਦੇ ਅਨੁਸਾਰ ਯਤਨ ਕਰਾਂਗਾ ਕਿ ਉਸ ਮਹਾਨ ਯੋਧੇ ਜਰਨੈਲ ਦੀ ਗਾਥਾ ਆਪ ਜੀ ਨਾਲ ਸਾਂਝੀ ਕਰ ਸਕਾਂ। ਪਰ ਉਸ ਤੋਂ ਪਹਿਲਾਂ
ਗੁਰਦੇਵ ਪਿਤਾ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਮੈਂ ਜਥੇ ਸਮੇਤ ਫਤਿਹ ਅਰਜ਼ ਕਰਾਂਗਾ, ਆਪ ਯੋਗ ਉਤਰ ਦੇ ਕੇ ਧੰਨਵਾਦੀ ਬਣਾਉਣਾ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਰੂਪ ਵਿੱਚ ਜੁੜ ਬੈਠੇ ਹੋ, ਇਹ ਸੰਗਤ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ, ਪੂਰਿਆਂ ਦੀ ਸੰਗਤ, ਸੱਚੇ ਗੁਰੂ ਦੀ ਸੰਗਤ। ਲੈਣੇ ਨੂੰ ਇਹ ਸੰਗਤ ਨਸੀਬ ਹੋ ਗਈ ਭਾਈ ਜੋਧਾ ਜੀ ਦੀ। ਆਪ ਜੀ ਨੇ ਇਤਿਹਾਸ ਸਰਵਨ ਕੀਤਾ। ਭਾਈ ਜੋਧਾ ਜੀ ਦੇ ਕੋਲੋਂ ਪੁੱਛਿਆ, ਇਹ ਕਲਾਮ ਕਿਹਦਾ ਹੈ, ਇਹ ਰੱਬੀ ਬਾਣੀ ਕਿਸ ਦੀ ਹੈ, ਮੈਨੂੰ ਵੀ ਦੱਸ, ਮੈਂ ਉਹਦੇ ਨਾਲ ਮੁਲਾਕਾਤ ਕਰਨੀ, ਮੈਂ ਉਹਦੀ ਸ਼ਰਨ ਵਿੱਚ ਜਾਣਾ। ਪੂਰੇ ਗੁਰੂ ਦੇ ਪੂਰੇ ਸਿੱਖ ਨਾਲ ਮੁਲਾਕਾਤ ਹੋ ਗਈ। ਤੇ ਆਪ ਇਤਿਹਾਸ ਨੂੰ ਜਾਣਦੇ ਹੋ, ਭਾਈ ਲਹਿਣਾ ਜੀ ਜਾਂਦੇ ਸਨ ਦੇਵੀ ਦੀ ਪੂਜਾ ਕਰਨ ਵਾਸਤੇ, ਇਸ ਵਾਰ ਵੀ ਗਏ ਪਰ ਮਨ ਨਹੀਂ ਕੀਤਾ। ਭਾਈ ਜੋਧਾ ਦੇ ਮੁਖਾਰ ਬਿੰਦ ਵਿੱਚੋਂ ਜੋ ਬਾਣੀ ਸਰਵਣ ਕੀਤੀ ਆ, ਉਹ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ। ਮਨ ਵਿੱਚ ਚਾਅ ਪੈਦਾ ਹੋਇਆ, ਮੈਂ ਉਸ ਮਹਾਨ ਗੁਰੂ ਨੂੰ ਮਿਲ ਕੇ ਜਾਣਾ। ਇਤਿਹਾਸ ਨੂੰ ਜਾਣਦੇ ਹੋ, ਲਹਿਣਾ ਜੀ ਗਏ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਗੋਂ ਚੱਲ ਕੇ ਮਿਲਣ ਵਾਸਤੇ ਚਲੇ ਗਏ। ਉਹਨਾਂ ਨੂੰ ਗੁਰਬਾਣੀ ਵੀ ਕਹਿੰਦੀ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਕੇ ਹੋਏ ਨੇ। ਦੀਨ ਦੁਨੀਆ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲੈਣ ਵਾਸਤੇ ਚਲੇ ਗਏ। ਹੁਣ ਜਿਹੜਾ ਸਿੱਖ ਬਣ ਕੇ ਚੱਲਿਆ, ਉਹ ਘੋੜੇ ਦੇ ਉੱਤੇ ਸਵਾਰ ਹੈ ਤੇ ਜਿਹਦੀ ਸ਼ਰਨ ਵਿੱਚ ਜਾਣਾ ਉਹਨੇ ਲਗਾਮ ਫੜ ਲਈ ਹੈ ਘੋੜੇ ਦੀ, ਤੁਰੇ ਜਾਂਦੇ ਅੱਗੇ ਅੱਗੇ। ਜਦੋਂ ਪਹੁੰਚ ਜਾਂਦੇ ਹੈ, ਲੈਣਾ ਜੀ ਪਿੱਛੇ ਰਹਿ ਗਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੱਦੀ ਉੱਤੇ ਜਾ ਕੇ ਬੈਠ ਗਏ। ਭਾਈ ਲੈਣਾ ਜੀ ਜਦੋਂ ਜਾ ਕੇ ਦੇਖਦੇ ਤੇ ਬੜੇ ਸ਼ਰਮਿੰਦਗੀ ਉਹਨਾਂ ਨੂੰ ਮਹਿਸੂਸ ਹੁੰਦੀ ਹੈ। ਗੁਰਦੇਵ ਪਿਤਾ ਦੇ ਚਰਨ ਪਕੜ ਲੈਂਦੇ ਹੈ, ਪਛਤਾਪ ਦੇ ਹੰਝੂ ਵਗਦੇ ਹੈ, ਗੁਰਦੇਵ ਪਿਤਾ ਦੇ ਉਹ ਚਰਨਾਂ ਨੂੰ ਆਪਣੇ ਹੰਝੂਆਂ ਨਾਲ ਧੋ ਦਿੰਦੇ ਤੇ ਕਹਿੰਦੇ ਹੈ ਕਿ ਗਰੀਬ ਨਵਾਜ ਸਤਿਗੁਰੂ ਮੇਰੇ ਕੋਲੋਂ ਭੁੱਲ ਆ ਗਈ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਸਾਂ, ਮੈਂ ਤਾਂ ਤੁਹਾਡੇ ਚਰਨਾਂ ਵਿੱਚ ਆ ਕੇ ਤੋ ਆਪਣੇ ਜੀਵਨ ਨੂੰ ਸਫਲਿਆ ਕਰਨਾ ਸੀ, ਪਰ ਮੈਂ ਤੁਹਾਡੇ ਕੋਲੋਂ ਸੇਵਾ ਕਰਵਾਈ, ਕੰਮ ਤਾਂ ਮੇਰਾ ਇਹ ਸੀ ਨਾ, ਸੇਵਾ ਤਾਂ ਮੈਂ ਕਰਨੀ ਸੀ, ਪਰ ਸੇਵਾ ਮੈਂ ਤੁਹਾਡੇ ਕੋਲੋਂ ਲੈ ਬੈਠਾ, ਮੇਰੇ ਕੋਲੋਂ ਵੱਡੀ ਭੁੱਲ ਹੋ ਗਈ। ਤੇ ਆਪ ਇਤਿਹਾਸ ਨੂੰ ਜਾਣਦੇ ਹੋ, ਗੁਰਦੇਵ ਪਿਤਾ ਨੇ ਆਖਿਆ, ਲੈਣਿਆ ਤੂੰ ਲੈਣ ਵਾਸਤੇ ਆਇਆ, ਜਿਹੜੇ ਲੈਣ ਵਾਲੇ ਆਉਂਦੇ ਆ ਘੋੜਿਆਂ ਦੇ ਉੱਤੇ ਚੜ੍ਹ ਕੇ ਹੀ ਆਉਂਦੇ, ਇਹ ਇਤਿਹਾਸ ਤੁਸੀਂ ਸਰਵਨ ਕਰਦੇ, ਪਰ ਮੈਂ ਵਿਚਾਰ ਤੁਹਾਡੇ ਨਾਲ ਕੁਝ ਹੋਰ ਰੱਖਣੀ ਹੈ। ਜੇ ਗਰੀਬ ਨਵਾਜ ਸਤਿਗੁਰਾਂ ਨੇ ਲੈਣੇ ਨੂੰ ਇੰਨਾ ਮਾਣ ਬਖਸ਼ਿਸ਼ ਕੀਤਾ ਤੇ ਇਹ ਨਾ ਮਨ ਵਿੱਚ ਖਿਆਲ ਕਰਿਆ ਕਰੋ ਵੀ ਗੁਰੂ ਜੀ ਕਿਤੇ ਸਾਡੇ ਨਾਲ ਵਿਤਕਰਾ ਕਰਨਗੇ। ਜੇ ਲੈਣੇ ਨੂੰ ਮਾਣ ਬਖਸ਼ਿਸ਼ ਕੀਤਾ ਤੇ ਕਿਉਂ ਕੀਤਾ? ਅਸੀਂ ਵੀ ਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ, ਗੁਰੂ ਸਾਡੇ, ਇਹ ਨਹੀਂ ਹੈ ਕਿ ਬਾਪੂ ਆਪਣੇ ਬੱਚਿਆਂ ਨਾਲ ਕਿਤੇ ਵਿਤਕਰਾ ਕਰਦਾ। ਜਿੰਨਾ ਪਿਆਰ ਲੈਣੇ ਨੂੰ ਕੀਤਾ ਉਨਾ ਪਿਆਰ ਉਹ ਸਾਨੂੰ ਵੀ ਕਰਦੇ। ਜੇ ਅਸੀਂ ਗੁਰੂ ਦੇ ਦਰਬਾਰ ਵਿੱਚ ਚੱਲ ਕੇ ਆਏ ਤੇ ਸਾਨੂੰ ਵੀ ਕਰੋੜਾਂ ਕਦਮ ਉਹ ਅੱਗੇ ਲੈਣ ਵਾਸਤੇ ਜਾਂਦੇ ਆ। ਪਰ ਲੈਣਾ ਗੁਰੂ ਦੇ ਦਰਬਾਰ ਵਿੱਚੋਂ ਵਡਿਆਈਆਂ ਲੈ ਗਿਆ, ਕਿਉਂ ਲੈ ਗਿਆ, ਇਹ ਇੱਕ ਪ੍ਰਸ਼ਨ ਹੈ। ਤੇ ਕਿਉਂ ਲੈ ਗਿਆ? ਕਿਉਂਕਿ ਸਾਡੇ ਵਿੱਚ ਤੇ ਉਹਨਾਂ ਦੇ ਵਿੱਚ ਫਰਕ ਹੈ। ਅਸੀਂ ਆਉਣੇ ਹਾਂ ਤੇ ਸਾਡਾ ਨਿਸ਼ਚਾ ਕੁਝ ਹੋਰ ਹੈ। ਗੁਰੂ ਦੇ ਦਰਬਾਰ ਵਿੱਚ ਆਉਣੇ ਆ, ਦੁਨਿਆਵੀ ਚੀਜ਼ਾਂ ਮੰਗਦੇ ਆ, ਬਾਪੂ ਆਹ ਚਾਹੀਦਾ ਮੈਨੂੰ ਤੇ ਬਾਪੂ ਦੇ ਵੀ ਦਿੰਦਾ। ਪਰ ਸਾਨੂੰ ਉਹ ਮਾਨ ਵਡਿਆਈ ਨਹੀਂ ਮਿਲਦੀ ਜੋ ਲੈਣੇ ਨੂੰ ਮਿਲੀ। ਕਿਉਂ ਨਹੀਂ ਮਿਲਦੀ? ਕਿਉਂਕਿ ਸਾਡੇ ਨਿਸ਼ਚੇ ਦੇ ਵਿੱਚ ਕਚਿਆਈ ਹੈ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਵਾਸਤੇ ਜੁੜ ਬੈਠੇ ਹਾਂ। ਸਾਡੀ ਅਰਦਾਸ ਗੁਰਦੇਵ ਪਿਤਾ ਦੇ ਚਰਨਾਂ ਵਿੱਚ ਹੋਣੀ ਚਾਹੀਦੀ ਹੈ। ਗੁਰਦੇਵ ਪਿਤਾ, ਤੂੰ ਗਿਆ ਸਾਂ ਗੁਰੂ ਦੇ ਦਰਬਾਰ ਵਿੱਚ, ਗੁਰੂ ਨੇ ਤੈਨੂੰ ਛਾਤੀ ਨਾਲ ਲਾ ਕੇ ਅੰਗਦ ਬਣਾ ਲਿਆ, ਤੈਨੂੰ ਆਪਣਾ ਰੂਪ ਕਰ ਦਿੱਤਾ, ਤੇਰੇ ਵਿੱਚ ਜਿਹੜੇ ਗੁਣ ਸਨ ਉਹਨਾਂ ਗੁਣਾਂ ਦਾ ਇੱਕ ਕਿਣਕਾ ਸਾਡੀ ਝੋਲੀ ਵਿੱਚ ਪਾਜੇ, ਸਾਡਾ ਵੀ ਜਨਮ ਸਫਲ ਹੋ ਜਾਏ, ਇਹ ਸਾਡੀ ਅਰਦਾਸ ਹੋਣੀ ਚਾਹੀਦੀ ਹੈ ਗੁਰਦੇਵ ਪਿਤਾ ਦੇ ਚਰਨਾਂ ਵਿੱਚ। ਸਤਿਗੁਰੂ ਜੀ ਕਿਰਪਾ ਕਰਨ ਆਓ, ਉਸ ਮਹਾਨ ਗੁਰੂ ਦੀ ਮਹਾਨ ਗਾਥਾ ਆਪ ਜੀ ਨੇ ਸਰਵਨ ਕੀਤੀ ਹੈ। ਉਸ ਤੋਂ ਉਪਰੰਤ ਕੌਮ ਦੇ ਮਹਾਨ ਢਾਡੀ ਗਿਆਨੀ ਜਸਵੀਰ ਸਿੰਘ ਜੀ ਵਲਟੋਹਾ ਉਹਨਾਂ ਨੇ ਕੌਮ ਦੇ ਉਸ ਮਹਾਨ ਯੋਧੇ ਜਰਨੈਲ ਦੀ ਗਾਥਾ ਸਾਂਝੀ ਕੀਤੀ ਹੈ, ਜਿਹਨੇ ਜਿਹੜੀ ਜ਼ਿੰਮੇਵਾਰੀ ਪੰਥ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ, ਕਿਤਨੀ ਚੜ੍ਹਦੀ ਕਲਾ ਦੇ ਨਾਲ ਨਿਭਾਈ ਹੈ। ਕੌਮ ਦਾ ਜਥੇਦਾਰ ਇਹੋ ਜਿਹਾ ਹੋਣਾ ਚਾਹੀਦਾ। ਅਖੀਰ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਗਿਆਨੀ ਜਸਵੀਰ ਸਿੰਘ ਜੀ ਨੇ, ਉਹਨਾਂ ਨੇ ਬਾ ਕਮਾਲ ਕਹੀਆਂ ਕਿ ਕੌਮ ਦਾ ਆਗੂ ਕੁਰਬਾਨੀ ਦੇਣ ਵਾਲਾ ਹੋਣਾ ਚਾਹੀਦਾ। ਇੱਕ ਸਿਕੰਦਰ ਬਾਦਸ਼ਾਹ ਹੋਇਆ, ਉਹਨੇ ਪੂਰੀ ਦੁਨੀਆ ਫਤਿਹ ਕੀਤੀ, ਲੁੜਦਾ ਲੁੜਦਾ ਦੁਨੀਆ ਕਬਜ਼ੇ ਕਰਦਾ ਕਰਦਾ ਇੱਕ ਜਗ੍ਹਾ ਦੇ ਉੱਤੇ ਪਹੁੰਚ ਗਿਆ। ਪਾਣੀ ਦੀ ਬੜੀ ਕਿੱਲਤ ਸੀ ਉੱਥੇ, ਉਹਦੇ ਸਿਪਾਹੀ ਪਿਆਸ ਨਾਲ ਮਰਦੇ ਆ,
ਉਹਨੇ ਪਾਣੀ ਲੈਣ ਵਾਸਤੇ ਭੇਜਿਆ, ਗਿਆ ਕਿ ਸਿਪਾਹੀ ਉਹਨੂੰ ਪਾਣੀ ਨਹੀਂ ਲੱਭਾ, ਇੱਕ ਸੁਰਾਈ ਸਿਰਫ ਪਾਣੀ ਦੀ ਲੱਭੀ ਉਹਨੇ ਆਪਣੇ ਬਾਦਸ਼ਾਹ ਦੇ ਸਾਹਮਣੇ ਕਰਕੇ ਆ ਗਿਆ, ਬਾਦਸ਼ਾਹ ਇੱਕ ਸੁਰਾਈ ਪਾਣੀ ਦੀ ਲੱਭੀ ਹੈ, ਤੁਸੀਂ ਇਸ ਨੂੰ ਪ੍ਰਵਾਨ ਕਰੋ, ਤੁਸੀਂ ਪੀ ਲਓ, ਸਾਡਾ ਕੀ, ਅਸੀਂ ਤਾਂ ਗਰੀਬ ਸਿਪਾਹੀ ਹੈ। ਪਰ ਮਹਾਨ ਸੀ ਉਹ ਬਾਦਸ਼ਾਹ ਕੌਮ ਦਾ ਆਗੂ, ਉਹਨੇ ਉਹ ਸਰਾਈ ਆਪਣੇ ਸਿਪਾਹੀ ਦੇ ਸਾਹਮਣੇ ਆਪਣੇ ਹੱਥਾਂ ਵਿੱਚ ਫੜੀ ਤੇ ਉਹਨੂੰ ਇਉਂ ਕਰਕੇ ਰੋੜ ਦਿੱਤਾ, ਪਾਣੀ ਨਹੀਂ ਪੀਤਾ। ਤੇ ਕਹਿੰਦਾ ਪਤਾ ਕੀ ਹੈ, ਕਹਿੰਦਾ ਜੇ ਮੇਰੇ ਸਿਪਾਹੀ ਧਿਆਏ ਮਰਨਗੇ ਤੇ ਤੁਹਾਡਾ ਬਾਦਸ਼ਾਹ ਵੀ ਮਰੇਗਾ। ਕੌਮ ਦੇ ਆਗੂ ਇਹੋ ਜਿਹੇ ਹੋਣੇ ਚਾਹੀਦੇ ਆ। ਉਹਨਾਂ ਨੇ ਮਹਾਨ ਗਾਥਾ ਅਕਾਲੀ ਫੂਲਾ ਸਿੰਘ ਦੀ ਤੁਹਾਨੂੰ ਸਾਂਝੀ ਕਰਵਾਈ ਹੈ, ਉਹਨਾਂ ਦੇ ਜੀਵਨ ਇਤਿਹਾਸ ਦੀ ਬਾਤ ਸੁਣਾਈ। ਆਓ ਮੈਂ ਗੱਲ ਕਰਨ ਲੱਗਾ ਭਾਈ ਤਾਰੂ ਸਿੰਘ ਦੀ। 24-25 ਸਾਲ ਦੀ ਉਮਰ, ਤੇ ਇਹ ਉਹ ਉਮਰ ਹੈ ਜਿਸ ਉਮਰ ਦੇ ਵਿੱਚ ਨੌਜਵਾਨ ਗੱਭਰੂ ਮੁੰਡੇ ਮਾਂ ਬਾਪ ਦੇ ਆਖੇ ਨਹੀਂ ਲੱਗਦੇ। ਉਹ ਕਹਿੰਦੇ ਹੈ ਕਿ ਅਸੀਂ ਆਪਣੀ ਮਰਜ਼ੀ ਕਰਨੀ, ਅਸੀਂ ਸੰਸਾਰ ਦੇ ਉੱਤੇ ਸੁੱਖ ਭੋਗਣ ਵਾਸਤੇ ਹੈ, ਇਹੋ ਹੀ ਸਾਡੀ ਉਮਰ ਹੈ ਸੁੱਖ ਲੈਣ ਦੀ, ਤੁਸੀਂ ਸਾਨੂੰ ਨਾ ਕਵਾਇਆ ਕਰੋ, ਅਸੀਂ ਕਿੱਧਰ ਨੂੰ ਚੱਲੇ ਹਾਂ ਤੇ ਕਿੱਧਰੋਂ ਆਏ, ਤੁਹਾਨੂੰ ਕੋਈ ਹੱਕ ਨਹੀਂ। ਤੇ ਦੁਨੀਆਂ ਦੇ ਲੋਕ ਇਹ ਗੱਲ ਕਹਿੰਦੇ ਵੀ ਇਸ ਉਮਰ ਦੇ ਵਿੱਚ ਬੰਦੇ ਨੂੰ ਰੱਬ ਚੇਤੇ ਨਹੀਂ ਰਹਿੰਦਾ, ਪਰ ਧੰਨ ਹੈ ਗੁਰੂ ਦਾ ਖਾਲਸਾ, ਗੁਰੂ ਦਾ ਸਿੱਖ ਜਿਹਦਾ ਨਾਮ ਭਾਈ ਤਾਰੂ ਸਿੰਘ ਹੈ, ਉਹਨੇ ਇਸ ਉਮਰ ਦੇ ਵਿੱਚ ਇੱਕ ਕਾਰਜ ਆਰੰਭਿਆ ਹੋਇਆ ਹੈ ਕੌਮ ਦੀ ਭਲਾਈ ਦਾ, ਕੌਮ ਦੀ ਚੜ੍ਹਦੀ ਕਲਾ ਦਾ। ਉਸ ਵੇਲੇ ਮੁਗਲ ਹਕੂਮਤ ਦਾ ਰਾਜ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ, ਉਹਨੇ ਧੁਆਇਆ ਕਰ ਦਿੱਤਾ, ਸਿੱਖੀ ਦਾ ਨਾਮ ਨਿਸ਼ਾਨ ਮਿਟਾ ਦੇਣਾ ਹੈ। ਇਸ ਜ਼ੁਲਮ ਤੋਂ ਤੰਗ ਆ ਕੇ ਸਿੰਘ ਜੰਗਲਾਂ ਵਿੱਚ ਚਲੇ ਗਏ, ਇਸ ਤਸ਼ੱਦਦ ਤੋਂ ਤੰਗ ਆ ਕੇ ਸਿੱਖ ਮਾਰੂ ਥਲਾਂ ਵਿੱਚ ਚਲੇ ਗਏ, ਤੇ ਪੂਲੇ ਪਿੰਡ ਦੇ ਇਲਾਕੇ ਦੇ ਵਿੱਚ ਵੀ ਕੁਝ ਉਜਾੜ ਇਲਾਕਿਆਂ ਦੇ ਵਿੱਚ ਸਿੰਘ ਬੈਠੇ ਹੁੰਦੇ ਸੀ ਜ਼ੁਲਮ ਦੇ ਸਤਾਏ ਹੋਏ। ਤੇ ਭਾਈ ਤਾਰੂ ਸਿੰਘ ਨੂੰ ਇੱਕ ਕੌਮ ਦੀ ਸੇਵਾ ਸੁੱਝੀ ਹੈ। ਜ਼ਿਮੀਂਦਾਰ ਘਰਾਣੇ ਵਿੱਚ ਉਹਨਾਂ ਦਾ ਜਨਮ ਹੋਇਆ, ਇੱਕ ਛੋਟਾ ਜਿਹਾ ਖੇਤ ਸੀ ਉਹਨਾਂ ਦਾ, ਕੋਈ ਬਹੁਤ ਵੱਡੇ ਅਮੀਰ ਨਹੀਂ ਸਨ, ਛੋਟੀ ਉਮਰ ਵਿੱਚ ਹੀ ਬਾਪ ਸਿਰ ਦੇ ਉੱਤੋਂ ਚਲਾ ਗਿਆ, ਮਾਂ ਨੇ ਪਾਲ ਕੇ ਜਵਾਨ ਕੀਤਾ ਸੀ। ਖੇਤਾਂ ਵਿੱਚ ਕੰਮ ਕਰਦੇ ਆ, ਤੇ ਜਿਹੜਾ ਅਨਾਜ ਪੈਦਾ ਹੁੰਦਾ ਹੈ ਨਾ, ਉਹ ਖੇਤਾਂ ਵਿੱਚ ਲੈ ਕਰਕੇ ਪੈਦਾ ਲੈ ਕੇ ਆਉਂਦੇ, ਘਰੇ ਚੱਕੀ ਨਾਲ ਪੀਂਦੇ ਆ, ਆਟਾ ਤਿਆਰ ਕਰਦੇ ਆ, ਮਾਂ ਨੂੰ ਕਹਿੰਦੇ ਆ, ਮਾਂ ਤੂੰ ਪ੍ਰਸ਼ਾਦੇ ਤਿਆਰ ਕਰ, ਮੇਰੇ ਭਰਾ ਜੰਗਲ ਵਿੱਚ ਜ਼ੁਲਮ ਦੇ ਸਤਾਏ ਹੋਏ ਜ਼ਾਲਮ ਸਰਕਾਰ ਦੇ ਬੈਠੇ ਹੋਏ, ਰੋਟੀ ਦੀ ਉਡੀਕ ਕਰਦੇ ਹੋਣਗੇ, ਲੰਗਰ ਦੀ ਉਡੀਕ ਕਰਦੇ ਹੋਣਗੇ, ਮਾਂ ਪ੍ਰਸ਼ਾਦੇ ਤਿਆਰ ਕਰਦੀ ਹੈ, ਤੇ ਟੋਕਰੀ ਪ੍ਰਸ਼ਾਦਿਆਂ ਦੀ ਭਾਈ ਤਾਰੂ ਸਿੰਘ ਸਿਰ ਦੇ ਉੱਤੇ ਚੁੱਕ ਲੈਂਦਾ, ਤੇ ਚੁੱਕ ਕੇ ਟੋਕਰੀ ਉਹ ਚਲੇ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਜਿੱਥੇ ਸਿੱਖ ਬੈਠੇ ਇੰਤਜ਼ਾਰ ਕਰਦੇ ਹੈ, ਰੱਖਦਾ ਟੋਕਰੀ ਤੇ ਹੋਕਾ ਦਿੱਤਾ ਜਾਂਦਾ ਹੈ, ਬਾਬੇ ਨਾਨਕ ਦਾ ਲੰਗਰ ਤਿਆਰ ਹੈ, ਜਿਸ ਵੀ ਸਿੱਖ ਨੇ ਛਕਣਾ ਉਹ ਆ ਕੇ ਛਕ ਸਕਦਾ ਹੈ। ਇਹੋ ਜਿਹੇ ਕੰਮ, ਇਹੋ ਜਿਹੀ ਸੇਵਾ ਉਹ ਕਰਦੇ ਪਏ। ਜਦੋਂ ਅਸੀਂ ਸੇਵਾ ਕਰਦੇ ਨਾ, ਸਾਡਾ ਧਿਆਨ ਇਹ ਹੁੰਦਾ ਵੀ ਸਾਨੂੰ ਕੋਈ ਵੇਖੇ, ਅਸੀਂ ਭਾਂਡੇ ਮਾਂਜਦੇ ਹਾਂ ਸਾਨੂੰ ਅੱਡਾ ਧਿਆਨ ਹੁੰਦਾ ਵੀ ਸਾਨੂੰ ਕੋਈ ਵੇਖੇ, ਅਸੀਂ ਝਾੜੂ ਫੇਰਦੇ ਹਾਂ ਸਾਡਾ ਧਿਆਨ ਹੁੰਦਾ ਵੀ ਸਾਡੀ ਦੁਨੀਆਂ ਦੀ ਨਜ਼ਰ ਵਿੱਚ ਸੇਵਾ ਪ੍ਰਵਾਨ ਹੋਣੀ ਚਾਹੀਦੀ ਹੈ, ਗੁਰੂ ਦੀ ਨਜ਼ਰ ਵਿੱਚ ਹੋਵੇ ਭਾਵੇਂ ਨਾ। ਉਹ ਗੁਰੂ ਦਾ ਸਿੱਖ ਜਾਂਦਾ ਤੇ ਰਾਤ ਦੇ ਜਾਂਦਾ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ, ਪਰ ਜਿਹੜੀਆਂ ਵਡਿਆਈ ਦੀਆਂ ਗੱਲਾਂ ਹੁੰਦੀਆਂ ਨਾ, ਸੱਚ ਦੀਆਂ ਗੱਲਾਂ ਲੁਕਦੀਆਂ ਰਹਿੰਦੀਆਂ ਨਹੀਂ, ਇਹ ਕੌਮ ਦੇ ਦੋਖੀਆਂ ਨੂੰ ਪਤਾ ਲੱਗ ਗਿਆ। ਹਰ ਭਗਤ ਨੰਜਨੀ ਜੰਡਿਆਲੇ ਵਾਈ ਨੇ ਜਾ ਕੇ ਜਕਰੀਏ ਦੇ ਦਰਬਾਰ ਵਿੱਚ ਸ਼ਿਕਾਇਤ ਕਰ ਦਿੱਤੀ ਹੈ, ਉਹ ਕਹਿਣ ਲੱਗਾ, ਕਹਿੰਦਾ ਜਕਰੀਆ ਖਾਨ ਉਹ ਕੁਰਸੀ ਉੱਤੇ ਬਹਿ ਕੇ ਸੌਂ ਗਿਆ ਹੈ, ਉਹ ਪੂਲੇ ਪਿੰਡ ਵਿੱਚ ਭਾਈ ਤਾਰੂ ਸਿੰਘ ਨਾਮ ਦਾ ਸਿੱਖ ਰਹਿੰਦਾ ਹੈ, ਜਿਹਦੀ ਸੰਗਤ ਕਰਕੇ ਨੌਜਵਾਨ ਸਿੱਖੀ ਸਰੂਪ ਨੂੰ ਧਾਰਨ ਕਰਦੇ ਪਏ ਹੈ, ਉਹ ਅੱਗੇ ਜਾ ਕੇ ਹਕੂਮਤ ਦੇ ਖਿਲਾਫ਼ ਖਤਰਾ ਬਣ ਸਕਦੇ ਹੈ। ਉਸ ਵੇਲੇ ਹਰ ਭਗਤ ਰੰਜਨੀ ਜੰਡਿਆਲੇ ਵਾਲੇ ਨੇ ਇੱਕ ਸ਼ਿਕਾਇਤ ਕੀਤੀ ਹੈ, ਜਕਰੀਏ ਦੇ ਦਰਬਾਰ ਵਿੱਚ ਜਾ ਕੇ ਇੱਕ ਰੱਬ ਰੂਪ ਧਰਮਾਤਮਾ ਦੇ ਖਿਲਾਫ਼ ਉਹ ਸ਼ਿਕਾਇਤ ਕਰਦਾ ਪਿਆ ਹੈ, ਕੀ ਆਖਦਾ ਪਿਆ ਹੈ, ਉਸ ਵੇਲੇ ਦਾ ਨਕਸ਼ਾ ਖਾਲਸਾ ਢਾਡੇ ਜੱਥਾ ਹੈ।
ਆਲੇ ਵਾਲੇ ਨੇ ਗੱਲਾਂ ਬੜੀਆਂ ਵਧਾ ਚੜਾ ਕੇ ਦੱਸੀਆਂ। ਇੱਕ ਪੰਜਾਬੀ ਦੀ ਕਹਾਵਤ ਹੈ, ਦੁਸ਼ਮਣ ਬਾਤ ਕਰੇ ਅਨਹੋਣੀ। ਉਹ ਦੁਸ਼ਮਣ ਨੇ ਤਾਂ ਉਹ ਗੱਲ ਕਰਨੀ ਹੈ ਜਿਹੜੀ ਹੋਈ ਨਾ ਹੋਵੇ। ਬਾਹਰ ਉਪਕਾਰੀ ਦੀ ਮੂਰਤ ਭਾਈ ਤਾਰੂ ਸਿੰਘ ਦੇ ਖਿਲਾਫ ਸ਼ਿਕਾਇਤ ਪਤਾ ਕੀ ਕਰਦਾ? ਕਹਿੰਦਾ ਵੀ ਉਹ ਲੁੱਟਾਂ ਟਖੋਆਂ ਕਰਦਾ ਆ, ਉਹਨੇ ਟੀਮ ਬਣਾਈ ਹੋਈ ਹੈ, ਡਾਕੇ ਮਾਰਦੇ ਰਾਤ ਦੇ ਹਨੇਰੇ ਵਿੱਚ ਤੇ ਗਰੀਬਾਂ ਨੂੰ ਲੁੱਟਦੇ ਆ, ਬੜਾ ਜ਼ੁਲਮ ਕਰਦੇ ਆ। ਉਹਨੇ ਬੜੀਆਂ ਗੱਲਾਂ ਵਧਾ ਚੜਾ ਕੇ ਦੱਸੀਆਂ ਤੇ ਜਦੋਂ ਜਕਰੀਆ ਖਾਨ ਨੇ ਸਾਰੀਆਂ ਗੱਲਾਂ ਸੁਣੀਆਂ ਉਹਦੇ ਮੱਥੇ ਦੇ ਉੱਤੇ ਤਿਉੜੀ ਪੈ ਗਈ, ਉਹਦੇ ਹਿਰਦੇ ਦੇ ਅੰਦਰ ਅੱਗ ਬਲ ਉੱਠੀ ਤੇ ਬਲੀ ਹੋਈ ਅੱਗ ਅਪ ਸ਼ਬਦ ਦੇ ਰੂਪ ਵਿੱਚ ਉਹਦੇ ਮੂੰਹੋਂ ਬਾਹਰ ਨਿਕਲੀ ਹੈ ਤੇ ਉਹਦੇ ਆਪਣੇ ਜਰਨੈਲ ਨੂੰ ਸੱਦ ਕੇ, ਉਹਦਾ ਨਾਮ ਮੋਮਨ ਖਾਨ ਹੈ, ਉਹਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਉਹਨੇ ਹੁਕਮ ਜਾਰੀ ਕਰ ਦਿੱਤਾ ਕਿ ਮੋਮਨ ਖਾਨ ਜਿੰਨੇ ਤੈਨੂੰ ਸਪਾਹੀ ਚਾਹੀਦੇ ਤੂੰ ਲੈ ਜਾ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆ ਕੇ ਮੇਰੀ ਕਚਹਿਰੀ ਵਿੱਚ ਪੇਸ਼। ਇਹ ਮੋਮਨ ਖਾਨ ਪੰਜਾਬ ਦਾ ਨਾਇਬ ਸੂਬੇਦਾਰ ਹੈ ਔਰ 26 ਸਾਲ ਪੰਜਾਬ ਦਾ ਨਾਇਬ ਸੂਬੇਦਾਰ ਰਿਹਾ। ਇਹਨਾਂ 26 ਸਾਲਾਂ ਵਿੱਚ ਕੋਈ ਵੀ ਇਹੋ ਜਿਹਾ ਜ਼ੁਲਮ ਨਹੀਂ ਹੈ, ਕੋਈ ਵੀ ਇਹੋ ਜਿਹਾ ਧੱਕਾ ਨਹੀਂ ਹੈ, ਕੋਈ ਵੀ ਇਹੋ ਜਿਹਾ ਪਾਪ ਨਹੀਂ ਹੈ ਜਿਹੜਾ ਮੋਮਨ ਖਾਨ ਨੇ ਸਿੱਖਾਂ ਦੇ ਉੱਤੇ ਨਾ ਕੀਤਾ ਹੋਵੇ। ਨਿਰਦੋਸ਼ ਸਿੱਖਾਂ ਨੂੰ ਪਕੜ ਕੇ ਜੇਲ੍ਹਾਂ ਵਿੱਚ ਬੰਦ ਕਰਨ ਵਾਲਾ ਮੋਮਨ ਖਾਨ ਔਰ ਉਹਨਾਂ ਦੇ ਕੋਲੋਂ ਸਿੱਖ ਬੀਬੀਆਂ ਨੂੰ ਪਕੜ ਕੇ ਉਹਨਾਂ ਦੇ ਕੋਲੋਂ ਸਵਾ ਸਵਾ ਮਨ ਦੇ ਪੀਸਣ ਪਸਾਉਣ ਵਾਲਾ ਮੋਮਨ ਖਾਨ, ਉਹਨਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੁੰਘਦੇ ਬੱਚਿਆਂ ਨੂੰ ਖਿੱਚ ਕੇ ਅਸਮਾਨ ਵਿੱਚ ਸੁੱਟ ਕੇ ਤੇ ਨੇਜਿਆਂ ਦੇ ਨਾਲ ਮੁੱਚਣ ਵਾਲਾ ਮੋਮਨ ਖਾਨ, ਛੋਟੇ ਛੋਟੇ ਟੋਟੇ ਕਰਕੇ ਉਹਨਾਂ ਦੇ ਤੇ ਹਾਰ ਬਣਾ ਕੇ ਉਹਨਾਂ ਮਾਵਾਂ ਦੇ ਗਲਾਂ ਵਿੱਚ ਪਾਉਣ ਵਾਲਾ ਮੋਮਨ ਖਾਨ। ਇਸ ਪਾਪੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਜਕਰੀਆ ਖਾਨ ਨੇ ਹੁਕਮ ਕੀਤਾ ਭਾਈ ਤਾਰੂ ਸਿੰਘ ਨੂੰ ਪਕੜਨ ਦਾ ਤੇ ਚਾਹ ਚੜ ਗਿਆ ਇਸ ਪਾਪੀ ਨੂੰ ਲੈ ਕੇ ਗਿਆ ਆਪਣੇ ਸਿਪਾਹੀਆਂ ਨੇ ਪੂਲੇ ਪਿੰਡ ਨੂੰ ਜਾ ਕੇ ਘੇਰਾ ਪਾ ਲਏ। ਹੁਣ ਭਾਈ ਤਾਰੂ ਸਿੰਘ ਜੀ ਇਤਿਹਾਸ ਦੱਸਦਾ, ਕਹਿੰਦੇ ਵੀ ਖੇਤਾਂ ਵਿੱਚ ਕੰਮ ਕਰ ਰਹੇ ਸਨ, ਕੁਝ ਨੌਜਵਾਨ ਮੁੰਡੇ ਗੱਭਰੂ ਭੱਜ ਕੇ ਗਏ, ਕਹਿਣ ਲੱਗੇ ਤਾਰੂ ਸਿੰਘਾ ਉਹ ਤੈਨੂੰ ਗ੍ਰਿਫਤਾਰ ਕਰਨ ਵਾਸਤੇ ਹਕੂਮਤ ਆ ਗਈ, ਮੋਮਨ ਖਾਨ ਆ ਗਿਆ, ਸਿਪਾਹੀ ਆ ਗਏ, ਉਹਨੇ ਘੇਰਾ ਪਾ ਲਿਆ ਪੂਲੇ ਪਿੰਡ ਨੂੰ, ਤੂੰ ਭੱਜ ਕੇ ਕਿਤੇ ਆਸੇ ਪਾਸੇ ਚਲੇ ਜਾ ਕੁਝ ਦਿਨਾਂ ਦੇ ਵਾਸਤੇ। ਪਰ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੁਹਾਡਾ ਧੰਨਵਾਦ ਹੈ, ਅਸੀਂ ਤਾਂ ਬੜੇ ਦੇਰ ਦਾ ਇੰਤਜ਼ਾਰ ਕਰ ਰਹੇ ਸਾਂ ਵੀ ਕਿਹੜਾ ਵੇਲਾ ਹੋਵੇ ਇੱਕ ਵਾਰੀ ਜਕਰੀਆ ਖਾਨ ਨਾਲ ਮੁਲਾਕਾਤ ਹੋਵੇ ਤੇ ਅਸੀਂ ਉਹਨੂੰ ਯਾਦ ਦਵਾਈਏ ਜਾ ਕੇ, ਜਦੋਂ ਜ਼ੁਲਮ ਕਿਸੇ ਦੇ ਉੱਤੇ ਕਰੀਏ ਤਾਂ ਹਿਸਾਬ ਉਸ ਖੁਦਾ ਦੇ ਦਰਬਾਰ ਵਿੱਚ ਦੇਣਾ ਪੈਂਦਾ। ਭਾਈ ਤਾਰੂ ਸਿੰਘ ਜੀ ਕਹਿੰਦੇ ਅਸੀਂ ਤਾਂ ਪਲ ਉਡੀਕਦੇ ਹਾਂ, ਜਿਵੇਂ ਬਾਬੇ ਨੇ ਆਖਿਆ ਸੀ ਨਾ ਬਾਬਰ ਨੂੰ, ਬਾਬਰ ਤੂੰ ਬਾਬਰ ਨਹੀਂ ਹੈ, ਤੂੰ ਜਾਬਰ ਹੈ ਜਾਬਰ। ਅਸੀਂ ਜਾਵਾਂਗੇ ਜਕਰੀਏ ਦਰਬਾਰ ਵਿੱਚ ਜਾ ਕੇ ਉਹਨੂੰ ਆਖਾਂਗੇ ਕਿ ਪਾਪੀਆ ਬੰਦ ਕਰ ਇਹ ਜ਼ੁਲਮ, ਤੈਨੂੰ ਖੁਦਾ ਦੇ ਦਰਬਾਰ ਵਿੱਚ ਹਿਸਾਬ ਦੇਣਾ ਪੈਣਾ ਹੈ। ਭਾਈ ਤਾਰੂ ਸਿੰਘ ਨੇ ਇਸ ਵਾਸਤੇ ਗ੍ਰਿਫਤਾਰੀ ਦਿੱਤੀ ਸੀ, ਦਿੱਤੀ ਹੈ ਗ੍ਰਿਫਤਾਰੀ, ਹੱਥ ਕੜੀਆਂ ਲੱਗ ਗਈਆਂ, ਪੈਰਾਂ ਨੂੰ ਪੈ ਗਈਆਂ ਬੇੜੀਆਂ ਤੇ ਪਿੰਡ ਦੀ ਸੱਥ ਵਿੱਚ ਜਾ ਕੇ ਉਹਨਾਂ ਨੂੰ ਬਿਠਾ ਦਿੱਤਾ ਗਿਆ। ਮਾਂ ਨੂੰ ਪਤਾ ਲੱਗਾ ਮਾਂ ਦਾ ਇੱਕ ਲੌਤਾ ਪੁੱਤਰ ਹੈ ਭਾਈ ਤਾਰੂ ਸਿੰਘ, ਕੋਈ ਭਰਾ ਨਹੀਂ ਸੀ ਭਾਈ ਤਾਰੂ ਸਿੰਘ, ਇੱਕ ਭੈਣ ਹੈ। ਮਾਂ ਨੂੰ ਪਤਾ ਲੱਗਾ, ਭੈਣ ਨੂੰ ਪਤਾ ਲੱਗਾ, ਉਹ ਦੌੜ ਕੇ ਆਈਆਂ ਤੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਈਆਂ ਜਿੱਥੇ ਭਾਈ ਤਾਰੂ ਸਿੰਘ ਨੂੰ ਹੱਥਾਂ ਵਿੱਚ ਹੱਥ ਕੜੀਆਂ ਲਾ ਕੇ ਪੈਰਾਂ ਵਿੱਚ ਬੇੜੀਆਂ ਪਾ ਕੇ ਬਿਠਾਇਆ ਹੋਇਆ ਸੀ। ਮਾਂ ਨੇ ਯਤਨ ਕੀਤਾ, ਉਹ ਪਾਣੀ ਲੈ ਕੇ ਘਰੋਂ ਗਈ ਹੈ, ਉਹ ਪਾਣੀ ਪਿਉਣ ਲੱਗੀ ਆਪਣੇ ਪੁੱਤਰ ਨੂੰ, ਸਿਪਾਹੀਆਂ ਨੇ ਠੁੱਡ ਮਾਰ ਕੇ ਪਾਣੀ ਰੋੜ ਦਿੱਤਾ। ਮਾਂ ਨੇ ਤਰਲਾ ਲਿਆ, ਮੇਰਾ ਪੁੱਤਰ ਚਲਿਆ ਮੇਰੇ ਕੋਲੋਂ, ਮੈਂ ਆਖਰੀ ਵਾਰੀ ਉਹਦੇ ਨਾਲ ਦੋ ਗੱਲਾਂ ਕਰਨਾ ਚਾਹੁੰਦੀ ਹਾਂ, ਮੈਨੂੰ ਆਗਿਆ ਦਿੱਤੀ ਜਾਏ। ਮੋਮਨ ਖਾਨ ਨੇ ਆਗਿਆ ਦਿੱਤੀ ਹੈ, ਗਈਆਂ ਦੋਵੇਂ ਪਾਵਾਂ ਤੀਆਂ ਤੇ ਪਹੁੰਚ ਜਾਂਦੀਆਂ ਭਾਈ ਤਾਰੂ ਸਿੰਘ ਸਾਹਮਣੇ, ਸਾਹਮਣੇ ਖਲੋ ਕੇ ਉਸ ਮਾਂ ਨੇ ਹੱਥ ਜੁੜ ਜਾਂਦੇ ਉਸ ਮਾਂ ਦੇ, ਇੱਕ ਬਚਨ ਕਰਦੀ ਹੈ, ਕਹਿੰਦੀ ਹੈ ਮਾਂ, ਮਾਂ ਆਖਦੀ ਹੈ, ਕਹਿੰਦੀ ਤਾਰੂ ਸਿੰਘਾ ਕੀ ਉਹ ਵੇਲਾ ਆ ਗਏ ਜਿਸ ਵੇਲੇ ਦਾ ਇੰਤਜ਼ਾਰ ਮੈਂ ਕਰ ਰਹੀ ਸਾਂ, 24 ਸਾਲ ਮੈਂ ਤੈਨੂੰ ਪਾਲ ਕੇ ਜਵਾਨ ਕੀਤਾ, ਕੀ ਉਹ ਵੇਲਾ ਆ ਗਿਆ ਹੈ ਤੇ ਪੁੱਤਰਾ ਤੂੰ ਮੈਨੂੰ ਛੱਡ ਕੇ ਹੁਣ ਚਲਾ ਜਾਏਗਾ, ਵਾਪਸ ਨਹੀਂ ਆਏਗਾ, ਕੀ ਇਸੇ ਵਾਸਤੇ ਮੈਂ ਤੈਨੂੰ ਪਾਲਦੀ ਰਹੀ ਹੈ? ਤੈਨੂੰ ਹਕੂਮਤ ਨੇ ਗ੍ਰਿਫਤਾਰ ਕਰ ਲਿਆ, ਉਹ ਲੈ ਕੇ ਚਲੇ ਜਾਣਗੇ ਆਪਣੀ ਕਚਹਿਰੀ ਵਿੱਚ, ਉੱਥੇ ਜਾ ਕੇ ਜ਼ੁਲਮ ਕਰਨਗੇ ਤੇਰੇ ਉੱਤੇ, ਤੈਨੂੰ ਸ਼ਹੀਦ ਵੀ ਕਰ ਦੇਣਗੇ, ਤੇ ਪੁੱਤਰਾ ਕੀ ਮੈਂ ਇਹੋ ਹੀ ਪਲ ਉਡੀਕਦੀ ਰਹੀ ਹਾਂ 24 ਸਾਲ ਤੈਨੂੰ ਪਾਲ ਕੇ ਜਵਾਨ ਕਰਦੀ ਰਹੀ? ਭਾਈ ਤਾਰੂ ਸਿੰਘ ਦੇ ਹੱਥ ਜੁੜੇ ਹੈ, ਮਾਂ ਰੋਂਦੀ ਰੋਂਦੀ ਕੁਝ ਗੱਲਾਂ ਕਰਦੀ ਪਈ। ਮਾਂ ਕਹਿੰਦੀ ਹੈ, ਪੁੱਤਰਾ ਤੂੰ ਚਲੇ ਚਲੇ ਮੇਰੀ ਜ਼ਿੰਦਗੀ ਦਾ ਸਹਾਰਾ,
ਜਦੋਂ ਮਾਂ ਪੁੱਤਰ ਨੂੰ ਜਨਮ ਦਿੰਦੀ ਹੈ ਉਹ ਉਮੀਦ ਕਰਦੀ ਹੈ ਮੇਰਾ ਪੁੱਤਰ ਜਵਾਨ ਹੋਵੇਗਾ, ਉਹ ਸਹੁਰੇ ਘਰ ਬਹੂ ਨੂੰ ਵਿਆਹਣ ਵਾਸਤੇ ਜਾਏਗਾ, ਲਿਆਏਗਾ, ਵਿਆਹੇਗਾ, ਉਹ ਸਾਹਮਣੇ ਦੋਵੇਂ ਜੀ ਖਲੋਣਗੇ, ਮੇਰਾ ਪੁੱਤਰ ਖਲੋਵੇਗਾ, ਮੇਰੀ ਨੂੰਹ ਖਲੋਵੇਗੀ, ਮੈਂ ਪਾਣੀ ਵਾਰ ਕੇ ਮੱਥੇ ਨੂੰ ਲਾ ਕੇ ਮੈਂ ਆਸ਼ੀਰਵਾਦ ਦੇਵਾਂਗੀ, ਮੈਂ ਲੰਮੀ ਉਮਰ ਦੀ ਕਾਮਨਾ ਕਰਾਂਗੀ। ਪਰ ਕੀ ਪੁੱਤਰਾ, ਇਹ ਗੱਲਾਂ ਮੇਰੀ ਜ਼ਿੰਦਗੀ ਦੇ ਅੰਦਰ ਮੈਨੂੰ ਨਸੀਬ ਹੋਣੀਆਂ ਨਹੀਂ ਲਿਖੀਆਂ, ਮਾਂ ਨੇ ਆਖਿਆ। ਤੇ ਕਹਿੰਦੀ ਹੈ ਮਾਂ ਤੇ ਕਹਿੰਦੀ ਤਾਰੂ ਸਿੰਘਾ, ਤੂੰ ਜਾ, ਚਲੇ ਜਾ, ਜਾ ਸ਼ਹੀਦ ਹੋ ਜਾ, ਪਰ ਮੈਂ ਜਾਂਦੀ ਵਾਰੀ ਤੇਰੇ ਕੋਲ ਕੁਝ ਮੰਗਣਾ ਚਾਹੁੰਦੀ। ਉਸ ਮਾਂ ਨੇ ਮੰਗਿਆ, ਕਹਿੰਦੀ ਹੈ ਤਾਰੂ ਸਿੰਘਾ, ਤੂੰ ਛੋਟਾ ਜਿਹਾ ਹੁੰਦਾ ਸਾਂ, ਤੈਨੂੰ ਸ਼ਾਇਦ ਪਤਾ ਨਹੀਂ ਹੈ, ਤੂੰ ਬੜਾ ਛੋਟਾ ਜਿਹਾ ਸਾਂ, ਜਦੋਂ ਤੇਰੇ ਸਿਰ ਦੇ ਉੱਤੋਂ ਤੇਰੇ ਬਾਪ ਦਾ ਸਾਇਆ ਉੱਠ ਗਿਆ, ਮੈਂ ਬੜੀਆਂ ਮੁਸੀਬਤਾਂ ਨਾਲ ਪਾਲ ਕੇ ਤੈਨੂੰ ਜਵਾਨ ਕੀਤਾ ਹੈ, ਤੇ ਹੁਣ ਤੂੰ ਮੈਨੂੰ ਛੱਡ ਕੇ ਚਲਾ ਚੱਲਿਆ, ਮੈਂ ਜਾਂਦੀ ਵਾਰੀ ਤੇਰੇ ਕੋਲੋਂ ਕੁਝ ਮੰਗਣਾ ਚਾਹੁੰਦੀ। ਮੇਰੀਆਂ ਭੈਣਾਂ ਬੈਠੀਆਂ, ਮਾਤਾਵਾਂ ਬੈਠੀਆਂ, ਤੇ ਮੈਂ ਕਹਿਣਾ ਦੱਸਣਾ ਚਾਹੁੰਦਾ ਉਹਨੂੰ ਵੀ ਉਸ ਮਾਂ ਨੇ ਕੀ ਮੰਗਿਆ ਜਿਹਦਾ ਜੀਵਨ ਗੁਰਬਾਣੀ ਨਾਲ ਜੁੜਿਆ ਹੋਇਆ, ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਨੂੰ ਆਪਣੇ ਦਿਲ ਵਿੱਚ ਵਸਾਈ ਬੈਠੀ ਹੈ। ਉਹ ਮਾਂ ਕਹਿੰਦੀ ਹੈ ਪੁੱਤਰਾ ਤੂੰ ਚਲੇ ਜਾ ਤੇ ਜਾ ਕੇ ਸ਼ਹੀਦ ਹੋ ਜਾਵੀਂ, ਮੈਂ ਤੇਰੀ ਸ਼ਹਾਦਤ ਦੀ ਖਬਰ ਸੁਣ ਕੇ ਬਰਦਾਸ਼ਤ ਕਰ ਲਵਾਂਗੀ, ਪਰ ਮੇਰੇ ਤੋਂ ਇਹ ਗੱਲ ਨਹੀਂ ਚੱਲੀ ਜਾਣੀ ਵੀ ਤਾਰੂ ਸਿੰਘ ਜਕਰੀਆ ਖਾਨ ਦੇ ਦਰਬਾਰ ਵਿੱਚ ਗਿਆ, ਉਹਨੇ ਜਾ ਕੇ ਜ਼ੁਲਮ ਤੋਂ ਤੰਗ ਆ ਕੇ ਜਾਂ ਲਾਲਚ ਵਿੱਚ ਆ ਕੇ ਉਹ ਨਵੀਨ ਮੰਨ ਲਈ, ਮੇਰੇ ਤੋਂ ਇਹ ਗੱਲ ਨਹੀਂ ਸੁਣੀ ਜਾਣੀ। ਕਿਉਂ ਇਹ ਗੱਲਾਂ ਮਾਂ ਦੇ ਮੂੰਹੋਂ ਨਿਕਲੀਆਂ? ਕਿਉਂ ਗੁਰਬਾਣੀ ਨਾਲ ਜੁੜੇ ਹੋਏ ਆ, ਤੇ ਮੇਰੀਆਂ ਭੈਣਾਂ ਬੈਠੀਆਂ, ਮਾਤਾਵਾਂ ਬੈਠੀਆਂ, ਤੇ ਜਿਹੜੀ ਮਾਂ ਗੁਰਬਾਣੀ ਨੂੰ ਪੜ੍ਹੇਗੀ, ਇਤਿਹਾਸ ਨੂੰ ਪੜ੍ਹੇਗੀ, ਉਹੀ ਆਪਣੇ ਪੁੱਤਰ ਨੂੰ ਇਹੋ ਸੁਨੇਹਾ ਦੇ ਸਕਦੀ। ਤੇ ਜਿਹਨੇ ਟੈਲੀਵਿਜ਼ਨ ਬਹਿ ਕੇ ਅੱਗੇ ਬਹਿ ਕੇ ਡਰਾਮੇ ਵੇਖਣੇ ਤੇ ਉਹ ਆਪਣੇ ਬੱਚੇ ਨੂੰ ਵੀ ਵਿਖਾਉਣੇ ਆ, ਜਿਹਨੇ ਆਪ ਅੰਮ੍ਰਿਤ ਵੇਲੇ ਨਹੀਂ ਉੱਠਣਾ ਤੇ ਨਹੀਂ ਯਾਦ ਕਰਨੇ ਆਪਣੇ ਕੌਮ ਦੇ ਸ਼ਹੀਦਾਂ ਦੀਆਂ ਕਹਾਣੀਆਂ, ਉਹਨੇ ਨਹੀਂ ਆਪਣੇ ਬੱਚਿਆਂ ਨੂੰ ਸੁਣਾਉਣੀਆਂ, ਤੇ ਕਿੱਥੋਂ ਆ ਭਾਈ ਤਾਰੂ ਸਿੰਘ ਨੂੰ ਜਨਮ ਦੇ ਸਕਦੀ ਉਹ ਮਾਤਾ? ਧੰਨ ਸੀ ਉਹ ਮਾਂ। ਜਾਂਦੀ ਵਾਰੀ ਉਸ ਮਾਂ ਨੇ ਆਖਿਆ, ਜੋ ਕੁਝ ਗੱਲਾਂ ਕਹੀਆਂ, ਜੋ ਸੁਨੇਹਾ ਦਿੱਤਾ ਹੈ, ਦਾਸ ਨੇ ਆਪਣੀ ਕਲਮ ਨਾਲ ਲਿਖਣ ਦਾ ਯਤਨ ਕੀਤਾ, ਢਾਡੀ ਜਥਾ ਆਪ ਜੀ ਦੇ ਚਰਨਾਂ ਵਿੱਚ ਹੈ।
तेरी भैन भी तैनू ए आखदी ए 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 खून काम दा खून काम दा दुल्ला भी चार जावी तेरी सिखी नूं डरा जावे याद करी पंचम गुरदेव पिता की शहादत नूं तत्ती तवी ना भुली गुरदेव पिता दे शीश उत्ते पैंदी होई ओह रेता ना भुली ना भुली ओ दिल्ली दा चांदनी चौंक जिथे भाई मती दास ने सिखी नूं कमाउण दी खातरारे नाल अपना तन चरवाया ओ उबलदी होई देग ना भुली जिदे विच पै के भाई दयाला कहिंदा रिहा गुरु मैं तेरा सिख हां मैं हर तरह दा जुल्म झल जावांगा पर मैं जालम दी नूं नहीं मन्नांगा ओ दिल्ली दा चांदनी चौंक ना भुली ना भुली सरहंद दियां नीहां जिदे विच दो खालसे तेरे गुरु दे पुत्र चढ़दी कला दे नाल फतेह गजाउंदे रहे उन्हां वजीर खान दी इन्नी मन्नी उन्हां सरहंद दियां नीहां उन्हां भुली ना भुली चमकौर दी गड़ी कलगी वाले पिता ने अपनी अखां दे सामने अपने दो पुत्रां नूं शहीद करा के चढ़दी कला विच पंज जकारे गजा के धरती ते आसमान विच गूंजां पाईआं मां दहाउंदी पई इतिहास ते जे मां नूं इतिहास नहीं आउंदा होवेगा कित्थों अपने पुत्र नूं सुनाएगी ओ मां ने आखिया ते ताई तारू सिंह हाथ जोड़ के कहिंदा मां तू अरदास कर उस अकाल पुरख वाहगुरु दे चरणा विच मैं चढ़दी कला दे नाल सिखी नूं कमा सकां नवाज सकां ये मुलाकात समाप्त हुई है इतिहास नेड़े लैके आवां क्योंकि समा सीमित है लै गया मोमन खान ते ओ मंजला मारदा होया पहुंच गया जकरिया खान दे दरबार विच दरबार लग्या होया सी जकरिया खान उची कुर्सी उत्ते बैठा है भाई तारू सिंह दे हत्थां नूं हत्थ कड़ियां लगियां पैरां नूं बेड़ियां पईयां होईयां मोमन खान ओ भाई तारू सिंह नूं लैके गया है कचहरी विच ते इतिहास कहिंदा भी दूरों दूरों लोकी वेखण वास्ते आए क्योंकि भाई तारू सिंह दा जीवन बड़ा महान है उन्हें अपने घर नूं धर्मशाला बनाया होया लंगर तैयार करता है जिहड़ा भी आ जांदा है चाहे कोई मुसलमान आए कोई भी हिंदू भी आ जाए सिख आए भावे हुकूमत का बागी भी आवे प्रशादा पानी छकन तो बिना जान नहीं दिंदा इलाके दे विच बड़ी वड्याई है भाई तारू सिंह ते धीआं भैणां दी इज्जत दी राखी दी खातर जान दी बाजी लाउण वाला है भाई तारू सिंह इलाके दे विच वड्याई हुंदी है
ਤੇ ਜਦੋਂ ਪਤਾ ਲੱਗਦਾ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਦੁਨੀਆ ਵੇਖਣ ਵਾਸਤੇ ਆਈ ਹੈ। ਤੇ ਇਤਿਹਾਸ ਕਹਿੰਦਾ 6 ਫੁੱਟ ਤੋਂ ਉੱਚਾ ਨੌਜਵਾਨ ਗੱਭਰੂ ਮੁੰਡਾ ਆਇਓ, 6 ਫੁੱਟ ਤੋਂ ਵੀ ਉੱਚਾ ਕੱਦ, ਚੌੜੀ ਛਾਤੀ, ਗੋਲ ਡੋਲੇ, ਸੱਜੇ ਵਿੱਚ ਘਟਿਆ ਹੋਇਆ ਸਰੀਰ, ਮੱਥੇ ਦੇ ਉੱਤੇ ਨਾਮ ਦੀ ਲਾਲੀ ਹੈ, ਨੇਤਰ ਡੁੱਬੇ ਹੋਏ ਆ ਨਾਮ ਦੇ ਰੰਗ ਵਿੱਚ। ਤੇ ਭਾਈ ਤਾਰੂ ਸਿੰਘ ਨੂੰ ਜਦੋਂ ਸਾਰੇ ਦੇਖਦੇ ਆ, ਜਿਹੜੇ ਦੂਰੋਂ ਵੇਖਣ ਵਾਸਤੇ, ਉਹਨਾਂ ਦਾ ਸਿਰ ਝੁਕਦਾ ਹੈ ਭਾਈ ਤਾਰੂ ਸਿੰਘ ਦੇ ਚਰਨਾਂ ਵਿੱਚ, ਦੂਰੋਂ ਮੱਥੇ ਟੇਕਦੇ ਆ, ਪਰ ਡਰਦੇ ਆ ਹਕੂਮਤ ਦੇ ਕੋਲੋਂ ਕਿਤੇ ਜਕਰੀਆ ਖਾਨ ਨਾ ਵੇਖ ਲਵੇ। ਜਕਰੀਏ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤੇ ਭਾਈ ਤਾਰੂ ਸਿੰਘ ਨੇ ਫਤਿਹ ਬੁਲਾਈ ਤਲਵਾਰਾਂ ਦੀ ਛਾਂ ਥੱਲੇ, ਤੇ ਅਸੀਂ ਫੁੱਲਾਂ ਦੀ ਸੇਜ ਉੱਤੇ ਬੈਠੇ ਹੁੰਦੇ ਹਾਂ, ਗੁਰੂ ਦੇ ਚਰਨਾਂ ਵਿੱਚ ਕੋਈ ਵਕਤ ਆ ਕੇ ਫਤਿਹ ਬੁਲਾਉਂਦਾ ਤੇ ਅਸੀਂ ਸੰਗ ਜਾਂਦੇ ਹਾਂ। ਭਾਈ ਤਾਰੂ ਸਿੰਘ ਫਤਿਹ ਬੁਲਾਉਂਦਾ ਹੈ, ਜਕਰੀਆ ਖਾਨ ਤੜ ਫੁੱਟਦਾ ਹੈ, ਉਹਦੇ ਮੱਥੇ ਉੱਤੇ ਤਿਉੜੀਆਂ ਪੈਂਦੀਆਂ ਤੇ ਪਤਾ ਕੀ ਕਹਿੰਦਾ ਹੈ, ਕਹਿੰਦਾ ਤਾਰੂ ਸਿੰਘਾ ਇਹ ਤੇਰਾ ਆਨੰਦਪੁਰ ਨਹੀਂ ਹੈ, ਤੇਰੇ ਗੁਰੂ ਦਾ, ਇੱਥੇ ਤੇਰੇ ਕੋਈ ਗੁਰਸਿੱਖ ਭਾਈ ਨਹੀਂ ਬੈਠੇ ਜਿਹਨਾਂ ਨੂੰ ਤੂੰ ਫਤਿਹ ਬੁਲਾਉਣਾ ਹੈ, ਜਕਰੀਆ ਖਾਨ ਦੀ ਕਚਹਿਰੀ ਇੱਥੇ ਝੁੱਕ ਕੇ ਸਲਾਮ ਕੇ, ਨਹੀਂ ਤਾਂ ਮਾਰਿਆ ਜਾਏਗਾ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੇਰੇ ਵਡੇਰਿਆਂ ਨੇ ਮੈਨੂੰ ਫਤਿਹ ਬੁਲਾਉਣੀ ਸਿਖਾਈ ਹੈ, ਮੈਂ ਬੁਲਾ ਦਿੱਤੀ ਹੈ, ਇਹਦੇ ਬਦਲੇ ਵਿੱਚ ਚਾਹੇ ਤੂੰ ਮੇਰੇ ਸਰੀਰ ਦਾ ਕੁਤਰਾ ਕੁਤਰਾ ਵੀ ਕਰ ਦੇ, ਮੈਂ ਤੇਰੀ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਵਾਸਤੇ ਤਿਆਰ ਹਾਂ, ਪਰ ਤੇਰੇ ਸਾਹਮਣੇ ਝੁਕਣ ਵਾਸਤੇ ਤਿਆਰ ਨਹੀਂ। ਸ਼ਾਇਰ ਲਿਖਦਾ ਹੈ, ਕਹਿੰਦਾ ਸ਼ਾਹਬਾਜ਼ ਵੀ ਕਹੀਂ ਚੁੱਕਤੇ ਹੈ ਚੀਲ ਕੇ ਆ ਗਿਆ, ਸ਼ਕਰਾਏ ਆਦ ਦੁਆਬਾ ਭੀਲ ਕੇ ਆ ਗਏ, ਚਿੰਪੇਗਾ ਨਹੀਂ ਸੂਰਜ ਕਭੀ ਖੰਘੀਲ ਕੇ ਆ ਗਏ, ਮਤਬਲ ਕੇ ਬਣੇ ਹੈ ਜੋ ਲਿਆ ਮੇਲ ਨਿਕਾਲੇ, ਯੇ ਦਿਲ ਵੋ ਨਹੀਂ ਜਿਨ ਸੇ ਤੂੰ ਤੇਲ ਨਿਕਾਲੇ, ਓਏ ਆਪਣੇ ਤਨ ਕੋ ਆਰਾ ਕੇ ਨੀਚੇ ਘਟਾ ਜਾਏਂਗੇ, ਫਤਿਹ ਵਾਹਿਗੁਰੂ ਕੀ ਬੁਲਾ ਜਾਏ। ਖਾਲਸੇ ਨੇ ਫਿਰ ਫਤਿਹ ਬੁਲਾ ਦਿੱਤੀ ਆ, ਫਿਰ ਤੜਫਿਆ ਤੇ ਕਹਿਣ ਲੱਗਾ, ਕਹਿੰਦਾ ਤਾਰੂ ਸਿੰਘ ਮੌਤ ਦੀਆਂ ਗੱਲਾਂ ਕਰਦਾ ਆ ਹੱਸ ਹੱਸ ਕੇ, ਤੇ ਜਿਹੜੀ ਮੌਤ ਹੈ ਨਾ ਇਹ ਬੜੀ ਬਲਾ ਚੀਜ਼ ਹੈ, ਤੂੰ ਗੱਲਾਂ ਤਾਂ ਕਰਦਾ ਜਵਾਨੀ ਦੇ ਜੋਸ਼ ਵਿੱਚ ਆ ਕੇ, ਜਦੋਂ ਮੌਤ ਤੇਰੇ ਸਾਹਮਣੇ ਆਈ ਨਾ ਤੇ ਤੂੰ ਖਲੋ ਨਹੀਂ ਸਕਣਾ, ਉਹਦੇ ਸਾਹਮਣੇ ਡੋਲ ਜਾਏਗਾ, ਮੌਤ ਦੇ ਸਾਹਮਣੇ ਵੱਡੇ ਵੱਡੇ ਲੋਕ ਡੋਲ ਜਾਂਦੇ ਆ, ਮੈਂ ਵੇਖੇ ਆਪਣੀ ਕਚਹਿਰੀ ਵਿੱਚ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੂੰ ਵੇਖੇ ਹੋਣਗੇ ਪਰ ਸਾਡੇ ਵੱਡੇ ਵਡੇਰੇ ਨਹੀਂ ਡੋਲੇ, ਤੂੰ ਸਾਡੇ ਇਤਿਹਾਸ ਵੱਲ ਝਾਤੀ ਮਾਰ ਕੇ ਵੇ, ਕੋਈ ਗੁਰੂ ਦਾ ਸਿੱਖ ਹੈ ਕੋਈ ਇਹੋ ਜਿਹਾ ਜਿਹੜਾ ਤੁਹਾਡੇ ਜ਼ੁਲਮ ਤੋਂ ਤੰਗ ਆ ਕੇ ਤੁਹਾਡੀ ਇਹਨੂੰ ਮੰਨ ਗਿਆ ਹੋਵੇ, ਜੇ ਇੱਕ ਵੀ ਹੈਗਾ ਤੇ ਮੈਨੂੰ ਦੱਸ ਤੇ ਮੈਂ ਤੇਰੀ ਗੱਲ ਮੰਨਣ ਨੂੰ ਤਿਆਰ ਹੁੰਦਾ। ਪਰ ਹੁਣ ਸ਼ਰਮਿੰਦਾ ਹੋ ਗਿਆ ਜਕਰੀਆ ਖਾਨ, ਵਾਕਈ ਇਤਿਹਾਸ ਵਿੱਚ ਕੋਈ ਸਿੱਖ ਇਹੋ ਜਿਹਾ ਲੱਭਦਾ ਨਹੀਂ ਹੈ, ਉਹਨੇ ਆਪਣੀ ਅੱਖਾਂ ਨਾਲ ਵੇਖਿਆ ਦਿੱਲੀ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਉਹਦੇ ਨਾਲ 700 ਸਿੰਘ ਗਏ, ਰੋਜ਼ 100 ਸ਼ਹੀਦ ਹੋ ਜਾਂਦੇ ਹੈ, ਇਹ ਸਾਰਾ ਨਜ਼ਾਰਾ ਜਕਰੀਆ ਖਾਨ ਨੇ ਆਪਣੀ ਅੱਖਾਂ ਨਾਲ ਵੇਖਿਆ ਸੀ, ਆਪਣੇ ਪਿਓ ਨਾਲ ਗਿਆ ਸੀ ਉਸ ਵਕਤ। ਤੇ ਵਾਕਈ ਉਹ ਕਹਿੰਦਾ ਵੀ ਵਾਕਈ ਗੁਰੂ ਦਾ ਸਿੱਖ ਇਹੋ ਜਿਹਾ, ਡਰਦਾ ਵੀ ਹੈ ਤੇ ਸੋਚਦਾ ਵੀ ਹੈ, ਕਹਿੰਦਾ ਇਹ ਗੁਨਾਹ ਹੈ, ਤੂੰ ਹਕੂਮਤ ਦੇ ਖਿਲਾਫ ਹੱਥ ਲਾਇਆ, ਇਹਦੇ ਬਦਲੇ ਵਿੱਚ ਤੈਨੂੰ ਸਜ਼ਾ ਮਿਲਣੀ ਹੈ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਵੀ ਜੇ ਇਹ ਗੁਨਾਹ ਹੈ ਨਾ ਤੇ ਮੈਂ ਇਹੋ ਜਿਹੇ ਹਜ਼ਾਰਾਂ ਗੁਨਾਹ ਹੋਰ ਕਰਨ ਵਾਸਤੇ ਵੀ ਤਿਆਰ ਹੈ, ਤੂੰ 2 ਸਜ਼ਾ ਦੇਣੀ ਇਹਦੇ ਬਦਲੇ ਵਿੱਚ ਮੈਨੂੰ ਦੇ, ਮੈਂ ਭੁਗਤਣ ਵਾਸਤੇ ਤਿਆਰ ਹੈ, ਇਹ ਮੈਂ ਰੱਬ ਦੀ ਰਜ਼ਾ ਸਮਝਾਂਗਾ ਇਸਨੂੰ। ਤੇ ਜਦੋਂ ਇਹ ਗੱਲ ਭਾਈ ਤਾਰੂ ਸਿੰਘ ਕਰਦਾ ਹੈ ਤੇ ਜਕਰੀਆ ਖਾਨ ਸੋਚਦਾ, ਕਹਿੰਦਾ ਪਤਾ ਨਹੀਂ ਇਹਨਾਂ ਦੇ ਪੀਰ ਨੇ ਇਹਨਾਂ ਦੇ ਅੰਦਰ ਕੀ ਭਰੇ ਹੈ, ਇਹ ਮੌਤ ਤੋਂ ਨਹੀਂ ਡਰਦੇ ਤੇ ਕਿਉਂ ਨਾ ਮੈਂ ਇਹਨਾਂ ਨੂੰ ਜ਼ਿੰਦਗੀ ਦਾ ਲਾਲਚ ਦੇ ਕੇ ਵੇਖਾਂ। ਰਾਜਨੀਤਿਕ ਬੰਦਾ ਨਾ, ਰਾਜਨੀਤਿਕ ਬੰਦਾ ਅੱਤ ਦਰਜੇ ਦਾ ਨੀਚ ਬੰਦਾ ਹੁੰਦਾ, ਉਹਦੀ ਕੋਈ ਇਮਾਨ ਨਹੀਂ ਹੁੰਦਾ, ਜਿੰਨਾ ਘਟੀਆ ਬੰਦਾ ਹੋਵੇਗਾ ਰਾਜਨੀਤੀ ਦੀ ਕੁਰਸੀ 'ਤੇ ਸਭ ਦੇ ਉੱਤੇ ਜਾ ਕੇ ਬਹਿੰਦਾ। ਉਹ ਜਕਰੀਆ ਖਾਨ ਉਹ ਆਪਣਾ ਪੈਂਤਰਾ ਬਦਲਦਾ, ਰਾਜਨੀਤਿਕ ਬੰਦਾ ਹੈ ਨਾ, ਥੋੜ੍ਹੀ ਰਿਪੀਟ ਦਵਾਂ, ਉਹ ਬਦਲਦਾ ਪੈਂਤਰਾ ਅਤੇ ਕਹਿੰਦਾ ਹੈ ਤਾਰੂ ਸਿੰਘਾ ਮੈਨੂੰ ਤੇਰੀ ਜਵਾਨੀ ਦੇ ਉੱਤੇ ਤਰਸ ਆਉਂਦਾ, ਇਹ ਲੁਛ ਲੁਛ ਕਰਦੀ ਜਵਾਨੀ ਐਵੇਂ ਭੰਗ ਦੇ ਭਾ ਗਵਾ ਬਹੇਗਾ ਅਤੇ ਮੈਂ ਤੈਨੂੰ ਛੱਡ ਦੇਣਾ, ਤੂੰ ਮੇਰੀ ਨਿੱਕੀ ਜਿਹੀ ਇੱਕ ਗੱਲ ਮੰਨ ਜਾ, ਮੈਂ ਬਹੁਤਾ ਨਹੀਂ ਤੈਨੂੰ ਕੁਝ ਵੀ ਕਹਿੰਦਾ, ਆਹ ਘੁੱਟ ਸ਼ਰਾਬ ਦੀ ਪੀ ਲੈ, ਥੋੜ੍ਹਾ ਜਿਹਾ ਚਮਾਕੂ ਚੱਬ ਲੈ ਅਤੇ ਕਹਿ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ, ਮੈਂ ਤੈਨੂੰ ਛੱਡ ਦਿਆਂਗਾ, ਹੂਰਾਂ ਦੇ ਡੋਲੇ ਦੇ ਦਿਆਂਗਾ, ਜਗੀਰਾਂ ਦੇ ਦਾਂਗਾ, ਤੂੰ ਜੋ ਕਵੇਂਗਾ ਮੈਂ ਤੈਨੂੰ ਦੇਣ ਵਾਸਤੇ ਤਿਆਰ ਹਾਂ, ਤੂੰ ਇੱਕ ਵਾਰੀ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ। ਅਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੇਰੀ ਇਸ ਜ਼ਕੀਰਾਂ ਨੂੰ, ਤੇਰੀਆਂ ਇਹ ਲਾਲਚਾਂ ਨੂੰ, ਇਹ ਦੌਲਤਾਂ ਨੂੰ, ਇਹ ਹੂਰਾਂ ਦੇ ਡੋਲਿਆਂ ਨੂੰ ਮੈਂ ਜੁੱਤੀ ਦੀ ਨੋਕ ਨਾ ਠਕਰਾਉਣਾ, ਇਹ ਮੇਰੀ ਜਿਹੜੀ ਸਿੱਖੀ ਹੈ ਕੇਸਾਂ ਸਵੰਕਸਾਂ ਸੰਗ ਨਿਭੇਗੀ, ਭਾਈ ਤਾਰੂ ਸਿੰਘ ਨੇ ਗੱਲ ਕਹੀ ਹੈ। ਅਤੇ ਜਕਰੀਆ ਖਾਨ ਕਹਿੰਦਾ ਜੀ, ਕਹਿੰਦਾ ਇਹ ਤਾਂ ਮੈਂ ਹੁਣ ਨਹੀਂ ਦੇਣਾ, ਜੇ ਤੂੰ ਮੌਤ ਦੇ ਕਦੋਂ ਨਹੀਂ ਡਰਦਾ ਮੈਂ ਤੇਰੇ ਉੱਤੇ ਤਸ਼ੱਦਦ ਤੇ ਨਾ ਕਰਾਂਗਾ, ਮੈਂ ਤੈਨੂੰ ਇਮਾਨ ਵਿੱਚ ਲੈ ਕੇ ਆਵਾਂਗਾ। ਉਹ ਕਹਿੰਦਾ ਗੱਲ ਸੁਣ ਤਾਰੂ ਸਿੰਘਾ, ਉਹ ਜਿਹੜੀਆਂ ਚਰਖੜੀਆਂ ਫਿੱਟ ਕੀਤੀਆਂ ਨਾ ਮੈਂ ਆਪਣੇ ਦਰਬਾਰ ਵਿੱਚ, ਇਹ ਮੈਂ ਆਪਣੇ ਸੱਜਣਾ ਮਿੱਤਰਾਂ ਵਾਸਤੇ ਨਹੀਂ ਫਿੱਟ ਕੀਤੀਆਂ, ਤੇਰੇ ਵਰਗੇ ਬਾਗੀਆਂ ਦੇ ਵਾਸਤੇ ਫਿੱਟ ਕੀਤੀਆਂ। ਅਤੇ ਇਸ ਚਰਖੜੀ ਦੇ ਦੰਦਿਆਂ ਨੂੰ ਵੇਖ, ਇਹਦੇ ਉੱਤੇ ਲੱਗੇ ਹੋਏ ਲਹੂ ਨੂੰ ਵੇਖ, ਅਤੇ ਤੈਨੂੰ ਪਤਾ ਲੱਗੇਗਾ ਕਿ ਜਕਰੀਏ ਦੇ ਦਰਬਾਰ ਵਿੱਚ ਆ ਕੀ ਹੋਣ ਦੀ ਸਜ਼ਾ ਕੀ ਹੈ। ਅਤੇ ਭਾਈ ਤਾਰੂ ਸਿੰਘ ਜੀ ਉਹ ਜਦੋਂ ਪਹੁੰਚਦੇ ਉਸ ਜਗ੍ਹਾ ਦੇ ਉੱਤੇ ਅਤੇ ਉਸ ਚਰਖੜੀ ਦੇ ਦੰਦੇ ਦੇ ਉੱਤੇ ਹੱਥ ਫੇਰ ਕੇ ਕਹਿੰਦੇ ਆ,
ਚਰਖੜੀ ਉੱਤੇ ਤਾਂ ਤੇਰੀ ਚੜ੍ਹ ਜਾਵਾਂ ਮੈਂ ਜਕਰੀਆ ਖਾਨ, ਪਰ ਇਹਦੇ ਦੰਦੇ ਜਿਹੜੇ ਉਹ ਖੁੰਡੇ ਹੋ ਗਏ ਤੇ ਮੈਂ ਚਾਹੁੰਦਾ ਜਕਰੀਆ ਖਾਨ ਮੈਨੂੰ ਇਹਦੇ ਉੱਤੇ ਚੜ੍ਹਨ ਦਾ ਸਵਾਦ ਨਹੀਂ ਆਉਣ, ਤੇ ਤੂੰ ਇਉਂ ਕਰ, ਤੂੰ ਦੰਦੇ ਤਿੱਖੇ ਕਰ ਲਾ, ਮੈਂ ਆਪਣੇ ਮਨ ਨੂੰ ਤਿੱਖਿਆ ਕਰ ਲਵਾਂ। ਤੇ ਜਕਰੀਆ ਖਾਨ ਹੈਰਾਨ ਹੋ ਕੇ ਪੁੱਛਦਾ, ਕਹਿੰਦਾ ਵੀ ਤਾਰੂ ਸਿੰਘਾ, ਇਹ ਚਰਖੜੀ ਦੇ ਦੰਦਿਆਂ ਨੂੰ ਪੱਥਰ 'ਤੇ ਘਸਾ ਕੇ ਤਿੱਖੇ ਹੋ ਜਾਣਗੇ, ਰੇਤੀ ਨਾਲ ਤਿੱਖੇ ਹੋ ਜਾਣਗੇ, ਤੂੰ ਆਪਣੇ ਮਨ ਨੂੰ ਕਾਹਦੇ ਨਾਲ ਤਿੱਖਾ ਕਰੇਂਗਾ? ਅਤੇ ਤਾਰੂ ਸਿੰਘ ਆਖਦਾ, ਕਹਿੰਦਾ ਮੈਂ ਅਰਦਾਸ ਕਰਾਂਗਾ ਪੂਰੇ ਗੁਰੂ ਦੇ ਚਰਨਾਂ ਵਿੱਚ, ਕਿਉਂਕਿ ਮੈਂ ਪੂਰੇ ਗੁਰੂ ਦਾ ਸਿੱਖ ਹਾਂ। ਅਤੇ ਜਿਹੜਾ ਪੂਰੇ ਗੁਰੂ ਦਾ ਸਿੱਖ ਹੁੰਦਾ ਆਪਣੇ ਪੂਰੇ ਗੁਰੂ ਦੇ ਚਰਨਾਂ ਵਿੱਚ ਜਦੋਂ ਅਰਦਾਸ ਕਰਦਾ ਤਾਂ ਪੂਰਾ ਗੁਰੂ ਉਹਦੀ ਅਰਦਾਸ ਜ਼ਰੂਰ ਸੁਣਦਾ। ਮੈਂ ਕਿਤੇ ਕਬਰਾਂ ਦਾ ਸਿੱਖ ਹਾਂ, ਮੈਂ ਕਿਤੇ ਪਖੰਡੀਆਂ ਦਾ ਸਿੱਖ ਹਾਂ, ਮੈਂ ਕਿਤੇ ਜੰਡਾਂ ਨੂੰ ਸੰਧੂਰ ਭੁੱਕਦਾ ਫਿਰਦਾ, ਮੈਂ ਕਿਤੇ ਸੌਦੇ ਸਾਧ ਵਰਗਿਆ ਪੈਰਾਂ ਦੇ ਵਿੱਚ ਜਾ ਕੇ ਡਿੱਗਦਾ ਫਿਰਦਾ, ਮੈਂ ਤਾਂ ਪੂਰੇ ਗੁਰੂ ਦਾ ਸਿੱਖ, ਮੈਂ ਕਿਸੇ ਦੀ ਇੰਨੀ ਮੰਦ, ਮੈਂ ਆਪਣੇ ਪੂਰੇ ਤੋਂ ਗੁਰੂ ਤੋਂ ਬਿਨਾਂ ਕਿਤੇ ਉਹਦੇ ਉੱਤੇ ਨਿਸ਼ਚਾ ਨਹੀਂ ਰੱਖਦਾ, ਅਤੇ ਮੇਰੀ ਅਰਦਾਸ ਮੇਰਾ ਪੂਰਾ ਗੁਰੂ ਕਿਉਂ ਨਾ ਸੁਣੇਗਾ? ਅਰਦਾਸ ਕੀਤੀ ਹੈ, ਜਕਰੀਆ ਖਾਨ ਨੇ ਦੰਦੇ ਤਿੱਖੇ ਕਰਵਾਏ ਹੈ, ਚਾੜ ਦਿੱਤਾ ਗਿਆ ਚੜਖੜੀ ਦੇ ਉੱਤੇ, ਇੱਕ ਗੇੜਾ ਆਇਆ ਦੰਦਿਆਂ ਨੇ ਸਰੀਰ ਨੂੰ ਛੱਲੀ ਛੱਲੀ ਕੀਤਾ। ਭਾਈ ਤਾਰੂ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਬੇਹੋਸ਼ ਹੋਏ, ਲਾ ਕੇ ਚਰਖੜੀ ਦੇ ਉੱਤੋਂ, ਅਤੇ ਭਾਈ ਤਾਰੂ ਸਿੰਘ ਦੇ ਮੂੰਹ ਦੇ ਉੱਤੇ ਪਾਣੀ ਦੇ ਛੱਟੇ ਮਾਰੇ ਗਏ। ਹੋਸ਼ ਵਿੱਚ ਆਇਆ ਤਾਰੂ ਸਿੰਘ, ਵਾਹਿਗੁਰੂ ਵਾਹਿਗੁਰੂ ਕਰਦਾ ਉੱਠਿਆ। ਜਕਰੀਆ ਖਾਨ ਨੇੜੇ ਪਹੁੰਚ ਗਿਆ ਅਤੇ ਜਾ ਕੇ ਪੁੱਛਦਾ, ਤਾਰੂ ਸਿੰਘਾ, ਬੜੀਆਂ ਗੱਲਾਂ ਕਰਦਾ ਸਾਂ, ਮੌਤ ਦੀਆਂ ਕੂਕਦਾ ਸਾਂ, ਜਵਾਨੀ 'ਤੇ ਮਾਣ ਕਰਦਾ ਸਾਂ, ਗੁਰੂ ਦੇ ਉੱਤੇ ਮਾਣ ਕਰਦਾ ਸਾਂ, ਆ ਚਰਖੜੀ ਦੇ ਉੱਤੇ ਚੜ੍ਹਨ ਦਾ ਕਿੰਨਾ ਕੁ ਸਵਾਦ ਆਇਆ, ਕਿੰਨਾ ਕੁ ਨਜ਼ਾਰਾ ਹੈ, ਮੈਨੂੰ ਵੀ ਦੱਸ। ਅਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਆ, ਕਹਿੰਦੇ ਤੈਨੂੰ ਕੀ ਪਤਾ, ਜਕਰੀਆ ਖਾਨ ਆਪਣੇ ਪਿਆਰੇ ਦੀ ਮੂਰਤ ਨੂੰ ਉਹ ਆਪਣੇ ਦਿਲ ਵਿੱਚ ਵਸਾ ਕੇ ਇੱਕ ਗੇੜਾ ਇਹ ਚੜਕੜੀ ਦਾ ਲੈ ਕੇ ਵੇਖ, ਤੈਨੂੰ ਫਿਰ ਪਤਾ ਲੱਗੇਗਾ ਇਹਦੇ ਵਿੱਚ ਕਿੰਨਾ ਕੁ ਨਜ਼ਾਰਾ। ਜਦੋਂ ਇਹ ਗੱਲ ਸੁਣੀ ਹੈ ਤੜਫ ਉੱਠਿਆ ਅਤੇ ਕਹਿਣ ਲੱਗਾ, ਕਹਿੰਦਾ ਤਾਰੂ ਸਿੰਘਾ, ਆ ਜਿਹੜੀ ਸਿੱਖੀ ਦਾ ਤੂੰ ਮਾਣ ਕਰਦਾ, ਜੇ ਮੈਂ ਧੱਕੇ ਨਾਲ ਕਤਲ ਕਰਦਿਆਂ, ਮੈਂ ਤੇਰੇ ਕੇਸ ਕਤਲ ਕਰਦਿਆਂ, ਫਿਰ ਕੀ ਕਰ ਲਵੇਂਗਾ? ਅਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਪਾਪੀ, ਉਹੀ ਇੱਕ ਜ਼ੁਲਮ ਰਹਿ ਗਿਆ ਸੀ ਤੁਹਾਡੀ ਕਿਤਾਬ ਵਿੱਚ, ਇਹ ਵੀ ਤੂੰ ਅਜਮਾ ਕੇ ਦੇਖ ਲੈ, ਮੈਂ ਅਰਦਾਸ ਕਰਾਂਗਾ ਪੂਰੇ ਗੁਰੂ ਦੇ ਚਰਨਾਂ ਵਿੱਚ, ਇਹ ਵੀ ਕੰਮ ਨਹੀਂ ਤੇਰੇ ਕੋਲ ਹੋਣਾ, ਕੈਂਚੀ ਨਾਲ ਕੇਸ ਕਤਲ ਨਹੀਂ ਹੋਣਗੇ, ਤੂੰ ਕੈਂਚੀ ਚੰਗੀ ਤਰ੍ਹਾਂ ਤਿੱਖੀ ਕਰ ਲੈ, ਬਾਅਦ ਵਿੱਚ ਤੇਰੇ ਜਲਾਦ ਨੇ ਬਹਾਨਾ ਬਣਾਉਣਾ ਹੈ ਕਿ ਕੈਂਚੀ ਚੰਗੀ ਤਰ੍ਹਾਂ ਤਿੱਖੀ ਨਹੀਂ ਸੀ ਕੀਤੀ, ਇਸ ਵਾਸਤੇ ਕੇਸ ਕਤਲ ਨਹੀਂ ਹੋਏ। ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ, ਜਲਾਦ ਆਇਆ, ਉਹਨੇ ਕੈਂਚੀ ਨਾਲ ਕੇਸ ਕਤਲ ਕਰਨ ਦਾ ਯਤਨ ਕੀਤਾ, ਕਿ ਇਤਿਹਾਸ ਗਵਾਹੀ ਭਰਦਾ ਕਿ ਕੈਂਚੀ ਦੇ ਨਾਲ ਕੇਸ ਕਤਲ ਨਾ ਹੋਏ। ਬੜਾ ਸ਼ਰਮਿੰਦਾ ਹੋਇਆ ਜਕਰੀਆ ਖਾਨ, ਅਤੇ ਨੀਵੀਂ ਪਾ ਗਈ ਹੈ। ਅਤੇ ਭਾਈ ਤਾਰੂ ਸਿੰਘ ਜੀ ਕਹਿੰਦੇ, ਜਕਰੀਆ ਖਾਨ, ਤੇਰੀ ਲਾਚਾਰਗੀ ਉੱਤੇ ਮੈਨੂੰ ਬੜਾ ਤਰਸ ਆਉਂਦਾ ਪਿਆ। ਜਿਹੜਾ ਗੁਰੂ ਦਾ ਸਿੱਖ ਹੁੰਦਾ ਸਾਰਿਆਂ ਦੇ ਉੱਤੇ ਤਰਸ ਕਰਦਾ, ਕਿਉਂਕਿ ਗੁਰੂ ਦੇ ਸਿੱਖ ਦਾ ਫਰਜ਼ ਹੈ ਨਾ ਸਾਰਿਆਂ ਦੇ ਉੱਤੇ ਤਰਸ ਕਰਨਾ। ਅਤੇ ਭਾਈ ਤਾਰੂ ਸਿੰਘ ਜੀ ਕਹਿੰਦੇ, ਜਕਰੀਆ ਖਾਨ, ਮੈਨੂੰ ਤੇਰੇ ਉੱਤੇ ਤਰਸ ਆਉਂਦਾ, ਤੇਰੀ ਲਾਚਾਰਗੀ ਦੇ ਉੱਤੇ ਤਰਸ ਆਉਂਦਾ, ਜੇ ਤੈਨੂੰ ਮੇਰੇ ਕੇਸ ਚਾਹੀਦੇ ਆ ਨਾ, ਤਾਂ ਤੈਨੂੰ ਮੈਂ ਤਰੀਕਾ ਦੱਸ ਦਿੰਦਾ, ਉਸ ਤਰੀਕੇ ਨਾਲ ਤੈਨੂੰ ਮੇਰੇ ਕੇਸ ਮਿਲ ਸਕਦੇ, ਹੋਰ ਕੋਈ ਤਰੀਕਾ ਨਹੀਂ। ਆਪਣੇ ਜਲਾਦ ਨੂੰ ਕਹਿ ਵੀ ਕੈਂਚੀ ਸੁੱਟ ਦੇ ਅਤੇ ਹੱਥ ਵਿੱਚ ਰੰਬੀ ਫੜ ਲਵੇ, ਉਹ ਰੰਬੀ ਦੇ ਨਾਲ ਮੇਰਾ ਖੋਪੜ ਉਤਾਰ ਲਵੇ, ਫਿਰ ਕੇਸ ਮਿਲ ਸਕਦੇ, ਨਹੀਂ ਤਾਂ ਹੋਰ ਕੋਈ ਤਰੀਕਾ ਨਹੀਂ ਹੈ। ਜਕਰੀਆ ਖਾਨ ਨੇ ਹੁਕਮ ਕਰ ਦਿੱਤਾ। ਜਲਾਦ ਨੇ ਵੀ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਹੋਈ ਸੀ, ਉਹਨੇ ਆਖਿਆ ਮੇਰੀ ਬੇਇੱਜ਼ਤੀ ਦੀ ਗੱਲ ਹੈ, ਮੇਰੇ ਕੋਲ ਕੇਸ ਕਤਲ ਨਹੀਂ ਹੋਏ। ਉਹਨੇ ਹੱਥ ਵਿੱਚ ਰੰਬੀ ਫੜੀ ਹੈ, ਭਰਿਆ ਪੀਤਾ ਜਲਾਦ ਆਇਆ ਭਾਈ ਤਾਰੂ ਸਿੰਘ ਦੇ, ਉਹ ਲਾ ਕੇ ਉਹਨੇ ਜਿਸ ਤਰੀਕੇ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪੜੀ ਉੱਤੇ ਰੱਖ ਕੇ ਰੰਬੀ ਵਾਰ ਕਰਨੇ ਸ਼ੁਰੂ ਕੀਤੇ ਹੈ, ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰਦਾ ਪਿਆ, ਉਹ ਜ਼ੁਲਮ ਹੋਇਆ, ਉਹ ਧੱਕਾ ਹੋਇਆ, ਜਿਸ ਨੂੰ ਵੇਖ ਕੇ ਧਰਤੀ ਵੀ ਰੋਪੀ ਹੈ ਅਤੇ ਅੰਬਰ ਵੀ ਅੱਥਰੂ ਕੇਰਦਾ ਪਿਆ। ਉਸ ਦਰਦ ਭਰੇ ਸਾਕੇ ਨੂੰ ਦਾਸ ਨੇ ਆਪਣੀ ਕਲਮ ਨਾਲ ਲਿਖਣ ਦਾ ਯਤਨ ਕੀਤਾ ਹੈ, ਕੀ ਕੁਝ ਉੱਥੇ ਹੋ ਰਿਹਾ ਹੈ, ਉਸ ਵੇਲੇ ਦਾ ਨਕਸ਼ਾ ਖਾਲਸੇ ਦਾ ਢਾਡੀ ਜੱਥਾ ਹੈ, ਇਹ ਉਹ ਬੇਨਤੀ ਕਰ। ਆਜ਼ਾਦੀ
ਵਰਨ ਦੇ ਲਈ ਬਨ ਲੈ ਸਿਰਾ ਤੇ ਕਫਨ ਮਸਤਾਨਿਆ ਨੇ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਲੈਣੇ ਜਨਮ ਨੇ ਕੌਮੀ ਤਰਾਨਿਆ ਨੇ ਗੁਰਦੇਵ ਪਿਤਾ ਕਿਰਪਾ ਕਰਨ। ਔਰ ਮੈਂ ਗੱਲ ਕਰ ਰਿਹਾ ਸਾਂ ਭਾਈ ਤਾਰੂ ਸਿੰਘ ਦੀ। ਜਕਰੀਏ ਨੇ ਹੁਕਮ ਦਿੱਤਾ ਹੈ ਕਿ ਇਹਦਾ ਖੋਪੜ ਉਤਾਰ ਦਿਓ। ਕਿਉਂ ਉਤਾਰਿਆ ਖੋਪੜ? ਕਿਉਂਕਿ ਕੇਸ ਕੈਂਚੀ ਨਾਲ ਨਹੀਂ ਕਤਲ ਹੋਏ ਤੇ ਆਪਣੇ ਵੱਲੇ ਝਾਤੀ ਮਾਰ ਕੇ ਵੇਖੀਏ। ਸਾਡਾ ਜਨਮ ਸਿੱਖੀ ਘਰਾਣੇ ਵਿੱਚ ਹੋਇਆ, ਸਾਡਾ ਤਾਂ ਪੇੜਾ ਇੰਨਾ ਗਰਕ ਹੋ ਗਿਆ, ਅਜੇ ਨਾਈ ਦੀ ਦੁਕਾਨ ਦਾ ਸ਼ਟਰ ਨਹੀਂ ਖੁੱਲ੍ਹਾ ਹੁੰਦਾ ਤੇ ਸਾਡਾ ਜੂੜਾ ਪਹਿਲਾਂ ਹੀ ਲੈ ਕੇ ਗੰਦੀ ਨਾਲੀ ਵਿੱਚ ਜਾ ਕੇ ਡਿੱਗ ਜਾਂਦਾ। ਗੁਰਦੇਵ ਪਿਤਾ ਸਾਡੇ ਉੱਤੇ ਵੀ ਕਿਰਪਾ ਕਰਨ, ਸਾਨੂੰ ਥੋੜੀ ਸੋਝੀ ਆ ਜਾਏ। ਕਿਹੋ ਜੇ ਸਾਡੇ ਵੱਡ ਵਡੇਰੇ ਸਨ, ਸਿੱਖ ਕੇਸਾਂ ਦੀ ਅਹਿਮੀਅਤ ਨੂੰ ਕਿੰਨਾ ਉਹਨਾਂ ਨੇ ਆਪਣੇ ਦਿਲ ਵਿੱਚ ਵਸਾਇਆ, ਗੁਰੂ ਦੇ ਹੁਕਮ ਨੂੰ ਕਮਾਉਣ ਦੀ ਖਾਤਰ ਕੈਸੀਆਂ ਕੈਸੀਆਂ ਕੁਰਬਾਨੀਆਂ ਕੀਤੀਆਂ। ਖੋਪੜ ਲਵਾ ਲਿਆ, ਬੰਦ ਬੰਦ ਕਟਵਾ ਲਿਆ, ਚਰਖੜੀਆਂ ਦੇ ਉੱਤੇ ਚੜ ਗਏ, ਆਰਿਆਂ ਨਾਲ ਚੀਰੇ ਗਏ, ਈਨ ਨਹੀਂ ਮੰਨੀ। ਕੇਸਾਂ ਦੀ ਅਹਿਮੀਅਤ ਨੂੰ ਸਮਝਦੇ ਹੋਇਆ ਇੰਨੀਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਅਸੀਂ ਉਹਨਾਂ ਦੇ ਪੁੱਤਰ ਖਵਾਉਣ ਵਾਲੇ, ਸਾਡਾ ਬੇੜਾ ਗਰਕ ਹੋ ਗਿਆ, ਅਸੀਂ ਕੇਸਾਂ ਦੀ ਇੱਕ ਕੌਡੀ ਜਿੰਨਾ ਮੁੱਲ ਨਹੀਂ ਪਾਉਂਦੇ। ਮੇਰੀਆਂ ਜਿਹੜੀਆਂ ਭੈਣਾਂ ਨਾ, ਇਹ ਵੀ ਪਿੱਛੇ ਨਹੀਂ ਹੈ ਵੀਰਾਂ ਨਾਲੋਂ, ਇਹ ਵੀ ਬਿਊਟੀ ਪਾਰਲਰ ਵਿੱਚ ਜਾ ਕੇ ਕੇਸ ਰੋਮਾਂ ਦੀ ਬੇਅਦਬੀ ਕਰਵਾਉਂਦੀ ਹੈ। ਸਾਤੂ ਸਤਿਗੁਰ ਕਿਰਪਾ ਕਰਨ, ਸਾਡੀ ਬੀ ਦਾ ਨਾਸ ਹੋ ਜਾਣਾ। ਕੇਸਾਂ ਨੂੰ ਰੋਮਾਂ ਦੀ ਬੇਅਦਬੀ ਕਰਨ ਵਾਲੀ ਮਾਂ ਕਦੀ ਵੀ ਭਾਈ ਤਾਰੂ ਸਿੰਘ ਨੂੰ ਜਨਮ ਨਹੀਂ ਦੇ ਸਕਦੀ। ਗੁਰਦੇਵ ਪਿਤਾ ਸਾਡੇ ਉੱਤੇ ਕਿਰਪਾ ਕਰਨ, ਸਾਡਾ ਧਿਆਨ ਇਸ ਪਾਸੇ ਆਵੇ। ਭਾਈ ਤਾਰੂ ਸਿੰਘ ਦਾ ਖੋਪੜ ਉਤਾਰ ਕੇ ਜਲਾਦ ਨੇ ਆਪਣੇ ਹੱਥ ਵਿੱਚ ਫੜ ਲਏ ਤੇ ਉਹਦੇ ਸ਼ੀਸ਼ ਦੇ ਵਿੱਚੋਂ ਖੂਨ ਵਗਿਆ। ਹਿੰਦੂ ਇਤਿਹਾਸ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜੀ ਗੰਗਾ ਹੈ ਉਹ ਸ਼ਿਵ ਜੀ ਨੇ ਆਪਣੇ ਜੱਟਾਂ ਵਿੱਚੋਂ ਵਗਾਈ, ਪਾਣੀ ਦੀ ਗੰਗਾ। ਪਰ ਸਿੱਖ ਹਿਸਟਰੀ ਨੂੰ ਪੜੋਗੇ, ਇਤਿਹਾਸ ਨੂੰ ਪੜੋਗੇ, ਇਹ ਖੂਨ ਦੀ ਗੰਗਾ ਖਾਲਸੇ ਨੇ ਆਪਣੇ ਸ਼ੀਸ਼ ਵਿੱਚੋਂ ਵਗਾਈ ਹੈ, ਖੂਨ ਦੀ ਗੰਗਾ ਜਿਹਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਨਵੀਂ ਰੰਗਤ ਦਿੱਤੀ ਹੈ। ਇਸ ਕਾਬਲ ਬਣਾਇਆ ਸੀ ਦੁਨੀਆਂ ਦੇ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਰਹਿ ਗਏ। ਇਹ ਖਾਲਸੇ ਨੇ ਇਹ ਖੂਨ ਵਗਾਇਆ ਆਪਣੀ ਖੋਪੜੀ ਦੇ ਵਿੱਚ, ਆਪਣੀ ਨਾੜਾਂ ਵਿੱਚੋਂ ਆਪਣੀ ਜਿਗਰ ਦਾ ਖੂਨ ਨਿਚੋੜ ਕੇ ਹਿੰਦੁਸਤਾਨ ਦੇ ਇਤਿਹਾਸ ਨੂੰ ਰੰਗਤ ਦਿੱਤੀ। ਲੈ ਗਿਆ ਖੋਪੜ, ਇਹ ਇੰਨਾ ਭਿਆਨਕ ਦ੍ਰਿਸ਼ ਸੀ ਜਿਸ ਨੂੰ ਵੇਖ ਕੇ ਮਾਨੋ ਧਰਤੀ ਵੀ ਰੋ ਪਈ ਹੋਵੇ, ਅੰਬਰ ਵੀ ਰੋ ਪਿਆ ਹੋਵੇ। ਦਰਦਮੰਦ ਲੋਕਾਂ ਦੀ ਅੱਖਾਂ ਦੇ ਵਿੱਚੋਂ ਹੰਝੂ ਵਗੇ, ਇਨਸਾਫ਼ ਪਸੰਦ, ਕੋਈ ਹੱਸਦਾ ਤੇ ਕੋਈ ਰੋਂਦਾ ਤੇ ਹੱਸਣ ਵਾਲੇ ਲੋਕ ਅੱਜ ਵੀ ਹੈਗੇ ਜੇ ਤੇ ਰੋਣ ਵਾਲੇ ਵੀ ਹੈਗੇ, ਹੱਸਣ ਵਾਲੇ ਵੀ ਹੈਗੇ। ਹੱਸਣ ਵਾਲੇ ਪਤਾ ਕਿਹੜੇ ਹੈ? ਜਿਹੜੇ ਸਿੱਖੀ ਵਿੱਚ ਜਨਮ, ਸਿੱਖੀ ਘਰਾਣੇ ਵਿੱਚ ਜਨਮ ਲੈਂਦੇ ਆ ਪਰ ਕੇਸਾਂ ਦੀ ਸੰਭਾਲ ਨਹੀਂ ਕਰਦੇ, ਉਹ ਉਦੋਂ ਵੀ ਹੱਸਦੇ ਸਨ ਤੇ ਅੱਜ ਵੀ ਉਹਨਾਂ ਨੂੰ ਭਾਈ ਤਾਰੂ ਸਿੰਘ ਦੀ ਸ਼ਹਾਦਤ ਨਹੀਂ ਯਾਦ ਹੈਗੀ, ਉਹ ਭੁੱਲ ਗਏ ਨੇ। ਗੁਰਦੇਵ ਪਿਤਾ ਕਿਰਪਾ ਕਰਨ, ਇੰਨਾ ਜ਼ੁਲਮ ਹੋਇਆ ਜਿਸ ਨੂੰ ਵੇਖ ਕੇ ਜ਼ਕਰੀਆ ਖਾਨ ਖੁਦ ਵੀ ਬਰਦਾਸ਼ਤ ਨਹੀਂ ਕਰ ਸਕਿਆ, ਚਲਾ ਗਿਆ ਆਪਣੇ ਮਹਿਲਾਂ ਵਿੱਚ ਉੱਠ ਕੇ ਉਸ ਕਚਹਿਰੀ ਵਿੱਚ। ਭਾਈ ਤਾਰੂ ਸਿੰਘ ਨੂੰ ਪਕੜ ਕੇ ਬਾਹਰ ਕਿਲੇ ਵਿੱਚ ਸੁੱਟ ਦਿੱਤਾ ਗਿਆ। ਹੋਇਆ ਹੁਣ ਕੀ ਹੈ? ਜ਼ਕਰੀਆ ਖਾਨ ਬਿਮਾਰ ਹੋ ਗਿਆ, ਕਿਉਂਕਿ
ਭਾਈ ਤਾਰੂ ਸਿੰਘ ਦੇ ਮੁਖਾਰ ਬਿੰਦ ਵਿੱਚੋਂ ਇੱਕ ਬਚਨ ਨਿਕਲਿਆ ਸੀ ਜਦੋਂ ਜਕਰੀਆ ਖਾਨ ਨੇ ਗੱਲ ਕਹੀ ਤਾਰੂ ਸਿੰਘਾ ਤੂੰ ਮਰਨਾ ਤਾਂ ਹੈਗਾ ਏ ਕਿਉਂਕਿ ਤੂੰ ਹਕੂਮਤ ਦਾ ਬਾਗੀ ਹੈ ਤੇ ਮੇਰੀ ਈਨ ਨਹੀਂ ਮੰਨਦਾ ਤੂੰ ਦੱਸ ਤੈਨੂੰ ਮੌਤ ਕਿਹੋ ਜਿਹੀ ਚਾਹੀਦੀ ਹੈ ਤੇ ਭਾਈ ਤਾਰੂ ਸਿੰਘ ਨੇ ਆਖਿਆ ਜਕਰੀਆ ਖਾਨ ਮਰਦਾ ਤੂੰ ਵੀ ਜਾਣਾ ਤੂੰ ਦੱਸ ਤੂੰ ਆਪਣੇ ਵਾਸਤੇ ਕਿਹੋ ਜਿਹੀ ਸੋਚ ਕੇ ਰੱਖੀ ਹੈ ਜਿਹੋ ਜੀ ਤੂੰ ਆਪਣੇ ਵਾਸਤੇ ਸੋਚ ਕੇ ਰੱਖੀ ਉਹੋ ਜਿਹੀ ਮੌਤ ਮੈਨੂੰ ਦੇ ਦੇ ਤੇ ਇੱਕ ਗੱਲ ਯਾਦ ਰੱਖੀ ਜ਼ੁਲਮ ਕਰਦਾ ਪਿਆ ਨਾ ਤਖਤ ਉੱਤੇ ਬਹਿ ਕੇ ਯਾਦ ਕਰ ਮੈਂ ਜੁੱਤੀ ਦੀ ਨੋਕ ਨਾਲ ਤੈਨੂੰ ਲੈ ਕੇ ਜਾਵਾਂਗਾ ਉਸ ਖੁਦਾ ਦੇ ਦਰਬਾਰ ਵਿੱਚ ਇੱਕ ਸ਼ਾਇਰ ਲਿਖਦਾ ਕਹਿੰਦਾ ਕਿਸੀ ਕਾ ਘਰ ਉਜਾੜ ਦੇਗਾ ਤੋ ਉਸਕਾ ਖਾਨਾ ਖਰਾਬ ਹੋਗਾ ਬਦੀ ਕੇ ਰਸਤੇ ਪੇ ਚਲੇਗਾ ਤੋ ਯੂੰ ਯੂੰ ਪਾਪ ਹੀ ਹਮ ਰਕਾਬ ਹੋਗਾ ਜੈਸੇ ਜੈਸੇ ਕਿਸੀ ਕੇ ਅਮਲ ਹੈ ਵੈਸਾ ਵੈਸਾ ਹਿਸਾਬ ਹੋਗਾ ਅਜ਼ਾਬ ਦੇਗਾ ਅਜ਼ਾਬ ਹੋਗਾ ਸਵਾਬ ਦੇਗਾ ਸਵਾਬ ਹੋਗਾ ਇਸ ਜਹਾਂ ਮੇ ਨੇਕੀ ਔਰ ਬਦੀ ਕਾ ਤਜਕਰਾ ਕੂਬਾ ਕੂ ਰਹੇਗਾ ਨਾ ਯੇ ਰਹੇਗੇ ਨਾ ਤੂੰ ਰਹੇਗਾ ਇਹ ਗੱਲਾਂ ਕੱਲੀਆਂ ਜਕਰੀਆ ਖਾਨ ਤੇ ਨਹੀਂ ਢੁੱਕਦੀਆਂ ਸਾਡੇ ਉੱਤੇ ਵੀ ਢੁੱਕਦੀਆਂ ਆ ਗੋਲੀਆਂ ਵੇਚ ਵੇਚ ਕੇ ਤੂੰ ਆਉਣਾ ਮੈਂ ਪੈਸੇ ਇਕੱਠੇ ਕਰ ਲਾਂ ਮੁੰਡਾ ਮਰ ਜੇ ਜਵਾਨ ਕਿਸੇ ਦਾ ਤੈਨੂੰ ਕੋਈ ਪਰਵਾਹ ਨਹੀਂ ਹੈ ਨਸ਼ੇ ਵੇਚਦਾ ਸਮਾਈਕਾਂ ਵੇਚਦਾ ਤੇ ਕਹਿੰਦਾ ਮੇਰੇ ਘਰ ਭਰ ਜਾਏ ਦੂਜੇ ਮਰਦੇ ਤੇ ਮਰ ਜਾਣ ਪਰ ਯਾਦ ਰੱਖ ਉਹ ਜਾਏਗਾ ਜਦੋਂ ਉਸ ਰੱਬ ਦੀ ਦਰਗਾਹ ਵਿੱਚ ਜਾ ਕੇ ਤੈਨੂੰ ਉੱਥੇ ਹਿਸਾਬ ਦੇਣਾ ਪੈਣਾ ਇਕੱਲਿਆਂ ਜਕਰੀਆ ਖਾਨ ਦੀ ਗੱਲ ਨਹੀਂ ਸਾਡੀ ਵੀ ਗੱਲ ਹੈ ਉਸ ਵੇਲੇ ਜਕਰੀਆ ਖਾਨ ਚਲੇਗਾ ਜਾ ਕੇ ਬਿਮਾਰ ਹੋ ਗਿਆ ਸਾਧੂ ਦੇ ਮੁਖਾਰ ਮਿੰਦ ਵਿੱਚੋਂ ਬਚਨ ਨਿਕਲਿਆ ਕਿ ਜੁੱਤੀ ਦੀ ਨੋਕ ਨਾ ਤੈਨੂੰ ਲੈ ਕੇ ਜਾਣਾ ਹੁਣ ਇਹਦਾ ਪਾਪੀ ਦਾ ਵੀ ਮੈਂ ਭੋਗ ਪਾ ਦੇਣਾ ਜਾਣਿਆ ਇਹ ਬਿਮਾਰ ਹੋ ਗਿਆ ਇਹਨਾਂ ਬੜੇ ਟੂਣੇ ਟਪਾਣੇ ਕਰਾਏ ਆ ਬੜੀਆਂ ਹਕੀਮ ਸੱਦੇ ਗਿਆ ਪਰ ਇਹਦੀ ਬਿਮਾਰੀ ਦਾ ਹੱਲ ਨਾ ਲੱਭਾ ਬੰਨ ਪੈ ਗਿਆ ਇਹਨੂੰ ਪਿਸ਼ਾਬ ਦਾ ਤੇ ਇਹ ਸਿਆਣੇ ਸੱਦ ਸੱਦ ਕੇ ਲੈ ਕੇ ਆਉਂਦੇ ਕਿਉਂਕਿ ਕੋਈ ਦਵਾਈ ਦਾਰੂ ਨਹੀਂ ਕੰਮ ਕਰਦੇ ਕਹਿੰਦੇ ਵੀ ਜਾਦੂ ਮੰਤਰ ਵਾਲਿਆਂ ਨੂੰ ਲੈ ਆਓ ਹੁਣ ਸਾਧੂ ਦੇ ਮੁਖਾਰ ਬਿੰਦ ਵਿੱਚੋਂ ਬਚਨ ਨਿਕਲਿਆ ਹੋਵੇ ਤੇ ਕਿਵੇਂ ਉਹਨੂੰ ਕੋਈ ਟਾਲ ਸਕਦਾ ਇਹ ਸਿਆਣੇ ਇਕੱਠੇ ਕਰਕੇ ਲੈ ਗਏ ਮੰਤਰ ਪੜਨ ਵਾਲੇ ਆ ਧਾਗੇ ਦੇਣ ਵਾਲੇ ਆ ਤਵੀਤਾਂ ਦੇ ਆ ਤੁਹਾਨੂੰ ਪਤਾ ਹੈ ਤੁਹਾਡੇ ਵੀ ਪਿੰਡਾਂ ਵਿੱਚ ਹੈਗੇ ਆ ਓਏ ਹਰ ਪਿੰਡ ਦੀ ਨੁੱਕਰ ਵਿੱਚ ਕੋਈ ਨਾ ਕੋਈ ਬੈਠਾ ਹੈ ਤੁਸੀਂ ਵੀ ਜਾਂਦੇ ਹੋ ਉਹਨਾਂ ਕੋਲ ਜਾ ਕੇ ਮਿਹਨਤ ਦੀ ਕਮਾਈ ਉਹਨਾਂ ਦੇ ਸਾਹਮਣੇ ਰੱਖ ਕੇ ਤੇ ਉਹਨਾਂ ਨੂੰ ਤੁਸੀਂ ਸਿਆਣੇ ਕਹਿੰਦੇ ਹੋ ਤੇ ਆਪ ਕਮਲੇ ਬੰਨਦੇ ਹੋ ਐਸ ਗੁਰੂ ਦੇ ਹੁੰਦੇ ਹੋਏ ਇੱਕ ਇੱਕ ਮੈਨੂੰ ਪੁੱਛਣ ਲੱਗਾ ਇੱਕ ਨੌਜਵਾਨ ਗੱਭਰੂ ਮੁੰਡਾ ਵੀ ਇਹਨਾਂ ਨੂੰ ਕਿਉਂ ਸਿਆਣੇ ਕਹਿੰਦੇ ਆ ਲੋਕੀ ਪਤਾ ਕਿਉਂ ਸਿਆਣੇ ਕਹਿੰਦੇ ਆ ਵੀ ਤੁਸੀਂ ਕਮਾਈ ਕਰਦੇ ਹੋ ਬੜੀ ਮਿਹਨਤ ਨਾਲ ਆ ਖੇਤਾਂ ਵਿੱਚੋਂ ਝੋਨਾ ਬੀਜਿਆ ਗੰਦ ਕੱਢਦੇ ਪਏ ਹੋ ਸਪਰੇਵਾਂ ਕੀਤੀਆਂ ਪੈਦਾ ਕਰੋਗੇ ਪਾਣੀ ਲਾ ਲਾ ਕੇ ਰਾਤਾਂ ਨੂੰ ਜਾਗ ਜਾਗ ਕੇ ਹੁਣ ਇਹ ਫਸਲ ਜਵਾਨ ਹੋਵੇਗੀ ਉਹਨੂੰ ਵੱਢੋਗੇ ਮੰਡੀ ਵਿੱਚ ਸੁੱਟੋਗੇ ਫੇਰ ਤੁਹਾਡੀ ਜੇਬ ਵਿੱਚ ਮਾਇਆ ਪੈਣੀ ਹੈ ਇਹੋ ਹੀ ਮਾਇਆ ਤੁਹਾਡੀ ਮਿਹਨਤ ਦੀ ਤੇ ਤੁਸੀਂ ਕਿਸੇ ਪਖੰਡੀ ਦੇ ਡੇਰੇ ਤੇ ਜਾਂਦੇ ਹੋ ਆਪਣੀ ਜੇਬ ਵਿੱਚੋਂ ਕੱਢੀ ਮੱਥਾ ਟੇਕ ਦਿੱਤਾ ਉਹਨੂੰ ਜਾ ਕੇ 100 ਦਾ ਨੋਟ ਆਪਣੀ ਮਿਹਨਤ ਦੀ ਕਮਾਈ ਤੇ ਉਹਨੇ ਕੀ ਕੀਤਾ ਉਹਨੇ ਤੁਹਾਨੂੰ ਦਿੱਤੀ ਇੱਕ ਸਵਾਹ ਦੀ ਪੁੜੀ ਤੇ ਤੁਹਾਨੂੰ ਆਖਿਆ ਵੀ ਜਾ ਘਰੇ ਜਾ ਕੇ ਆਪਦੇ ਸਿਰ ਵਿੱਚ ਮਲ ਲਈ ਤੂੰ ਆਪਣੀ ਮਿਹਨਤ ਦੀ ਕਮਾਈ ਗਵਾ ਕੇ ਤੇ ਆਪਦੇ ਸਿਰ 'ਚ ਤੂੰ ਸਵਾਹ ਪਾਉਣਾ ਹੈ ਤੂੰ ਆਪੇ ਕਮਲਾ ਬਣ ਜਾਂਦਾ ਤੂੰ ਆਪੇ ਸਿਆਣੇ ਬਣ ਜਾਂਦੇ ਤੇ ਜੇ ਤੂੰ ਆਵੇਂ ਪੂਰੇ ਗੁਰੂ ਦੀ ਸ਼ਰਨ ਵਿੱਚ ਅੱਜ ਭਾਈ ਲਹਿਣਾ ਜੀ ਨੂੰ ਯਾਦ ਕਰਦੇ ਪਏ ਹਾਂ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਪ੍ਰਗਟ ਹੋਏ ਜੇ ਆਵੇਂ ਪੂਰੇ ਗੁਰੂ ਦੇ ਦਰਬਾਰ ਵਿੱਚ ਗੁਰਦੇਵ ਪਿਤਾ ਤੇਰੇ ਉੱਤੇ ਕਿਉਂ ਨਾ ਕਿਰਪਾ ਕਰਨਗੇ ਸਤਿਗੁਰੂ ਜੀ ਸਾਡੇ ਉੱਤੇ ਕਿਰਪਾ ਕਰਨ ਸਾਨੂੰ ਸਮਤ ਬਖਸ਼ਿਸ਼ ਕਰਨ ਉਹ ਆਏ ਜਾਦੂ ਟੂਣਿਆਂ ਵਾਲੇ ਉਹਨਾਂ ਨੇ ਬੜੇ ਟੂਣੇ ਟਮਾਣੇ ਕੀਤੇ ਬੜੇ ਮੰਤਰ ਪੜੇ ਕੋਈ ਹੱਲ ਨਾ ਲੱਭੇ ਸ਼ਬੇਕ ਸਿੰਘ ਜੰਬਰ ਕਹਿੰਦਾ ਹੈ ਉਹ ਜਕਰੀਆ ਖਾਨ ਦੇ ਦਰਬਾਰ ਵਿੱਚ ਕੰਮ ਕਰਦਾ ਸੀ ਕਹਿੰਦਾ ਹੈ ਕਿ ਜਕਰੀਆ ਖਾਨ ਤੇਰੇ ਕੋਲੋਂ ਇੱਕ ਜ਼ੁਲਮ ਹੋ ਗਿਆ ਸ਼ਾਇਦ ਤੈਨੂੰ ਯਾਦ ਨਹੀਂ ਰਹੀ ਤੂੰ ਇੱਕ ਸਾਧੂ ਮਹਾਤਮਾ ਦੇ ਉੱਤੇ ਜ਼ੁਲਮ ਕਰ ਬੈਠਾ ਭਾਈ ਤਾਰੂ ਸਿੰਘ ਦੇ ਰੂਪ ਵਿੱਚੋਂ ਆਇਆ ਸੀ ਤੇਰੇ ਦਰਬਾਰ ਵਿੱਚ ਤੂੰ ਧੱਕਾ ਕੀਤਾ ਹੀ ਉਹਦੇ ਉੱਤੇ ਤੇ ਤੇਰੀ ਜੇ ਬੰਦ ਖਲਾਸੀ ਕੋਈ ਕਰਵਾ ਸਕਦਾ ਤੇ ਉਹ ਗੁਰੂ ਦਾ ਸਿੱਖ ਹੀ ਕਰਾ ਸਕਦਾ ਭਾਈ ਤਾਰੂ ਸਿੰਘ ਉਹ ਭਾਈ ਤਾਰੂ ਸਿੰਘ ਕੋਲ ਜਾ ਕੇ ਬੇਨਤੀ ਹੁੰਦੀ ਹੈ ਪਰ ਭਾਈ ਤਾਰੂ ਸਿੰਘ ਜੀ ਕਹਿੰਦੇ ਵੀ ਨਹੀਂ ਇਹਨੇ ਜ਼ੁਲਮ ਬੜੇ ਕੀਤੇ ਇਹਨੇ ਪਾਪ ਬੜੇ ਕੀਤੇ ਦੋ ਦਹਾਕੇ ਪੰਜਾਬ ਦਾ ਨਾਇਕ ਸੂਬੇਦਾਰ ਰਿਹਾ ਦੋ ਦਹਾਕੇ 20 ਸਾਲ ਲਗਾਤਾਰ ਇਹਨਾਂ 20 ਸਾਲਾਂ ਵਿੱਚ ਬੜੇ ਜ਼ੁਲਮ ਉਸਨੇ ਕੀਤੇ ਤੇ ਇਹ ਭਾਈ ਤਾਰੂ ਸਿੰਘ ਕਹਿੰਦੇ ਵੀ ਇਹਨੇ ਜਿੰਨੇ ਪਾਪ ਕੀਤੇ ਹੁਣ ਇਹ ਨਹੀਂ ਬਖਸ਼ਿਆ ਜਾ ਸਕਦਾ ਇਹ ਉਸ ਵੇਲੇ ਕੌਮ ਦੇ ਆਗੂਆਂ ਕੋਲ ਜਾਂਦਾ ਹੈ ਉੱਥੇ ਕੌਮ ਦੇ ਆਗੂ ਇੱਕ ਸੁਨੇਹਾ ਦਿੰਦੇ ਹੈ ਵੀ ਸਾਧੂ ਦੇ ਮੁਖਾਰ ਬਿੰਦ ਵਿੱਚੋਂ ਨਿਕਲੇ ਹੋਇਆ ਬਚਨ ਇਹ ਟਲੇਗਾ ਨਹੀਂ ਇੱਕ ਤਰੀਕਾ ਹੈਗਾ ਹੈ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਹੋਵੇ ਤੇ ਜਕਰੀਆ ਖਾਨ ਦਾ ਸਿਰ ਹੋਵੇ ਤੇ ਮਾਰਨ ਵਾਲਾ ਗਿਣੇ ਨਾ ਵੀ ਕਿੰਨੇ ਵੱਜ ਗਏ ਅਤੇ ਕਿੰਨੇ ਰਹਿ ਗਏ ਉਸ ਵੇਲੇ ਜੋ ਕੁਝ ਹੋਇਆ ਆਈ ਹੈ ਭਾਈ ਤਾਰੂ ਸਿੰਘ ਦੀ ਜੁੱਤੀ ਹੈ ਇਹ ਐਲਕਾਰ ਲੈ ਕੇ ਆਏ ਹੈ ਔਰ ਇਹਦੇ ਸਿਰ ਵਿੱਚ ਕਿਵੇਂ ਫਿਰ ਜੁੱਤੀਆਂ ਵੱਜ ਰਹੀਆਂ ਹੈ ਉਸ ਵੇਲੇ ਦਾ ਨਕਸ਼ਾ ਖਾਲਸੇ ਦਾ ਢਾਡੇ ਜਥਾ ਆਪ ਜੀ ਦੇ ਚਰਨਾਂ ਵਿੱਚ ਹੈ ਹੁਹ
ਪਾਪੀ ਦੇ ਰੋਗ ਦਾ ਛਿੱਤਰੇ ਦਾ ਸਿਰ ਪੋਲਾ ਕਰ ਦਿੱਤਾ। ਇਤਿਹਾਸ ਤੁਸੀਂ ਜਾਣਦੇ ਹੋ, ਉਹ ਹੱਥ ਉਹਦੇ ਬੰਨ ਲਏ ਵੀ ਪੈਰ ਵੀ ਬੰਨ ਲਏ। ਪਤਾ ਕਿਉਂ? ਜਦੋਂ ਲੈ ਕੇ ਆਏ ਨਾ ਇਹਦੇ ਬੰਦੇ ਛਿੱਤਰ ਲੈ ਕੇ ਆਏ ਭਾਈ ਤਾਰੂ ਸਿੰਘ ਦਾ, ਤੇ ਇਹ ਉੱਚੇ ਤਖ਼ਤ ਤੇ ਬੈਠਾ ਸੀ ਕੁਰਸੀ ਦੇ ਉੱਤੇ ਚੜ੍ਹ ਕੇ। ਉਹਦੇ ਅਹਿਲਕਾਰ ਕਹਿੰਦੇ ਵੀ ਥੱਲੇ ਉੱਤਰ ਕੇ ਆ, ਵੀ ਹੁਣ ਤੂੰ ਉੱਚੀ ਥਾਂ ਤੇ ਬੈਠਾ ਤੇ ਸਾਡਾ ਹੱਥ ਨਹੀਂ ਉਪੜਦਾ, ਕੋਈ ਗੱਲ ਥੋੜਾ ਹੈਗੀ ਵੀ ਤੂੰ ਥੱਲੇ ਉਤਰੇਗਾ ਤੇ ਫਿਰ ਹੀ ਤੇਰੇ ਛਿੱਤਰ ਵੱਜਣਗੇ। ਉਹ ਥੱਲੇ ਤਾਰਿਆ ਉਹਨੂੰ ਉਹਦੇ ਸਿਰ ਵਿੱਚ, ਜਦੋਂ ਛਿੱਤਰ ਮੜਾ ਜਾ ਮਾਰਿਆ ਪੋਲਾ ਜਾ, ਕਿਉਂਕਿ ਨੌਕਰ ਸੀ ਉਹਦੇ, ਅਹਿਲਕਾਰ ਉਹਦੇ ਨੌਕਰੀ ਕਰਦੇ ਆ, ਡਰਦੇ ਵੀ ਜ਼ੋਰ ਦੀ ਨਹੀਂ ਮਾਰਨਾ। ਉਹ ਥੋੜਾ ਜਿਹਾ ਛੁਆਇਆ ਤੇ ਥੋੜੀ ਜਿਹੀ ਰਾਹਤ ਮਹਿਸੂਸ ਹੋਈ। ਤੇ ਤਾਰੂ ਸਿੰਘ ਦੇ ਉਸ ਕਾਤਲ ਨੇ ਜ਼ਕਰੀਆ ਖਾਨ ਨੇ ਗੱਲ ਕਹੀ, ਕਹਿੰਦਾ ਵੀ ਏਦਾਂ ਨਹੀਂ, ਜ਼ੋਰ ਜ਼ੋਰ ਦੀ ਮਾਰੋ ਮੇਰੇ ਸਿਰ ਵਿੱਚ। ਦੋ ਚਾਰ ਮਾਰੇ, ਹੋਰ ਰਾਹਤ ਮਹਿਸੂਸ ਹੋਈ, ਉਹਨੂੰ ਪੀੜ ਹੋਈ ਤੇ ਉਹਨੇ ਡੱਕ ਦਿੱਤਾ ਵੀ ਨਾ ਮਾਰੋ ਹੁਣ। ਉਹ ਫਿਰ ਉਹੀ ਹਾਲ ਹੋ ਗਿਆ ਤੇ ਉਹਦੇ ਮੂੰਹੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਗੱਲ ਕਢਾਈ। ਇਹ ਆਪੇ ਹੀ ਕਹਿੰਦਾ ਵੀ ਐਂ ਕਰਿਓ ਵੀ ਤੁਸੀਂ ਮੇਰੇ ਹੱਥ ਵੀ ਬੰਨ ਲਓ ਤੇ ਮੇਰੇ ਪੈਰ ਵੀ ਬੰਨ ਲਓ।
ਤੇ ਮੈਂ ਭਾਵੇਂ ਤੁਹਾਨੂੰ ਜਿੰਨਾ ਮਰਜ਼ੀ ਆਖੀ ਜਾਵਾਂ ਵੀ ਹਟ ਜਾਓ ਤੁਸੀਂ ਨਾ ਜੇ ਹਟਿਓ ਤੁਸੀਂ ਛਿੱਤਰ ਮਾਰੀ ਜਾਇਓ। ਉਹੀ ਗੱਲ ਹੋਈ, ਉਹਨਾਂ ਹੱਥ ਵੀ ਬੰਨ ਲਏ ਤੇ ਪੈਰ ਵੀ ਬੰਨ ਲਏ, ਹੁਣ ਬਥੇਰਾ ਡੱਕਦਾ ਵੀ ਬਸ ਕਰੋ ਬਸ ਕਰੋ, ਉਹ ਨਹੀਂ ਹਟਦੇ। ਉਹਨਾਂ ਮਾਰ ਮਾਰ ਕੇ ਛਿੱਤਰ ਤੇ ਸਿਰ ਪੋਲਾ ਕਰ ਦਿੱਤਾ, ਤੁਰ ਗਿਆ ਸੰਸਾਰ ਦੇ ਉੱਤੇ। ਭਾਈ ਤਾਰੂ ਸਿੰਘ ਨੂੰ ਪਤਾ ਲੱਗਾ, ਅਰਦਾਸ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਉਹ ਵੀ ਬ੍ਰਹਮ ਲੀਨ ਹੋ ਗਏ, ਚਲੇ ਗਏ, ਸ਼ਹੀਦ ਹੋ ਗਏ ਸੰਸਾਰ ਨੂੰ ਚੜ੍ਹ। ਤੇ ਮੈਨੂੰ ਹੁਕਮ ਹੋਇਆ ਵੀ ਜਿੱਥੇ ਜ਼ਕਰੀਆ ਦੀ ਗੱਲ ਚੱਲ ਰਹੀ ਹੈ, ਜ਼ਕਰੀਏ ਦੀ ਭੈਣ ਦੀ ਵੀ ਕੋਈ ਨਾ ਕੋਈ ਗੱਲ ਜ਼ਰੂਰ ਸੁਣਾ ਕੇ ਜਾਓ। ਜ਼ਕਰੀਆ ਖਾਨ ਦੀ ਭੈਣ ਇੰਦਰਾ ਗਾਂਧੀ ਦੀ ਗੱਲ ਕਰਨ ਲੱਗਾ ਤੁਹਾਡੇ ਨਾਲ ਇੱਕ ਵਾਰ, ਬਸ ਕੀਰਲੀ ਕਹਿ ਕੇ ਕਿੰਮਤ ਜਾਚ ਹੋ ਜਾ। ਇਹ ਗੱਲ 31 ਅਕਤੂਬਰ 1984 ਦੀ ਹੈ। ਤੇ ਕਹਿੰਦੇ ਆ, ਖੁਸ਼ਵੰਤ ਸਿੰਘ ਲਿਖਦਾ ਆਪਣੀ ਕਿਤਾਬ ਪੰਜਾਬ ਦਾ ਦੁਖਾਂਤ, ਉਹਦੇ ਵਿੱਚ ਲਿਖਦਾ ਹੈ ਵੀ ਇਸ ਪਾਪਨ ਦਾ ਅੰਤ ਹੋਣਾ। ਤੇ ਇਹਨੂੰ ਇੱਕ ਸੁਨੇਹਾ ਆ ਕੇ ਮਿਲਿਆ ਵੀ ਤੇਰੇ ਦਫ਼ਤਰ ਦੇ ਵਿੱਚ ਤੇਰੇ ਨਾਲ ਮੁਲਾ ਕਰਨ ਵਾਸਤੇ ਰੂਸ ਦਾ ਇੱਕ ਫਿਲਮ ਸਟਾਰ ਆ ਰਿਹਾ, ਉਹਦਾ ਨਾਮ ਉਸਤੀ ਨੂਬ ਹੈ, ਉਹਨੇ ਤੇਰੀ ਇੰਟਰਵਿਊ ਲੈਣੀ। ਇਹ ਉਸਤੀ ਨੂਬ ਨੇ ਆਉਣਾ ਸੀ 31 ਅਕਤੂਬਰ ਨੇ, ਉਹਨੇ ਇੰਟਰਵਿਊ ਲੈਣੀ ਸੀ। ਇਹ ਦੁਨੀਆ ਭਰ ਦੇ ਫਿਲਮ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਉਹਨੂੰ ਮੁਲਾਕਾਤ ਕਰਦਾ, ਇੰਦਰਾ ਗਾਂਧੀ ਦੀ ਵੀ ਵਾਰੀ ਆ ਗਈ। ਤੇ ਕਹਿੰਦੇ ਵੀ ਉਹ ਦਿਨ ਨੇੜੇ ਤੁਰੇ ਆਉਂਦੇ ਆ। ਇਹ ਸਰਦਾਰ ਬੇਅੰਤ ਸਿੰਘ ਨੂੰ ਤੁਸੀਂ ਜਾਣਦੇ ਹੋ, ਅੰਗ ਰੱਖਸ਼ੀ ਕਹਿੰਦੇ। ਕਹਿੰਦੇ ਵੀ ਇੱਕ ਵਾਰੀ ਕਸ਼ਮੀਰ ਦੀ ਯਾਤਰਾ ਦੇ ਉੱਤੇ ਗਏ ਤੇ ਕਸ਼ਮੀਰ ਦੀ ਰਾਜਸੀ ਹਾਲਤ ਵਿੱਚ ਪਰਿਵਰਤਨ ਆ ਗਿਆ, ਕਿਉਂਕਿ ਇੰਦਰਾ ਨੇ ਜਾ ਕੇ ਆਪਣੇ ਵਿਰੋਧੀਆਂ ਨੂੰ ਡਰਾਇਆ। ਉਹਨੇ ਇਹ ਗੱਲ ਕਹੀ, ਲਾਗੇ ਬੇਅੰਤ ਸਿੰਘ ਸੁਣਦਾ ਸੀ, ਸਰਦਾਰ ਬੇਅੰਤ ਸਿੰਘ ਇਹ ਗੱਲ ਕਹੀ ਆਪਣੇ ਵਿਰੋਧੀਆਂ ਨੂੰ ਵੀ ਸਿੱਖਾਂ ਦੇ ਕੋਲੋਂ ਸਬਕ ਸਿੱਖੋ, ਜੋ ਕੁਝ ਸਿੱਖਾਂ ਨੇ ਹੋਇਆ ਇਹ ਤੁਹਾਡੇ ਨਾਲੋਂ ਵੀ ਮੈਂ ਘੱਟ ਨਹੀਂ ਕਰਨੀ। ਇਹ ਗੱਲ ਜਦੋਂ ਸਰਦਾਰ ਬੇਅੰਤ ਸਿੰਘ ਨੇ ਸੁਣੀ ਤਾਂ ਉਹਨਾਂ ਦੇ ਦਿਲ ਵਿੱਚ ਇਹ ਗੱਲ ਵੱਜੀ ਵੀ ਜੋ ਕੁਝ ਦਰਬਾਰ ਸਾਹਿਬ ਹੋਇਆ, ਜੋ ਤਸ਼ੱਦਦ ਹੋਇਆ ਸਿੱਖ ਕੌਮ ਦੇ ਉੱਤੇ, ਇਹ ਸਿੱਖਾਂ ਨੂੰ ਸਬਕ ਸਿਖਾਇਆ ਗਿਆ। ਦਿੱਲੀ ਵਾਪਸ ਆ ਗਏ, ਸਰਦਾਰ ਸੁਖਵੰਤ ਸਿੰਘ ਨੂੰ ਭੇਜਿਆ ਵੀ ਜਾ ਕੇ ਵੇਖਿਆ। ਉਹ ਆਇਆ ਤੇ ਉਹਨੇ ਆ ਕੇ ਸਾਰਾ ਕੁਝ ਵੇਖਿਆ, ਉਹ ਦੁੱਖਾਂ ਭਰੀ ਦਾਸਤਾਨ ਸੁਣਾਈ ਹੈ, ਬੜੀ ਲੰਮੀ ਹੈ, ਲੰਬੇਰੀ ਹੈ, ਮੈਂ ਸੰਖੇਪ ਮਾਤਰ ਇਤਿਹਾਸ ਕਹਿਣਾ, ਸਾਰਾ ਕੁਝ ਦੱਸਿਆ ਜੋ ਕੁਝ ਹੋਇਆ ਸਰਦਾਰ ਸੁਖਵੰਤ ਸਿੰਘ ਨੇ। ਬੇਅੰਤ ਸਿੰਘ ਦੇ ਹਿਰਦੇ ਵਿੱਚ ਸੱਟ ਵੱਜੀ, ਕਹਿੰਦੇ ਵੀ ਉਹਨੇ ਦਿਨਾਂ ਦੇ ਵਿੱਚ ਦੀਵਾਲੀ ਆ ਗਈ ਤੇ ਦੀਵਾਲੀ ਆਈ ਤੇ ਉਹਨੇ ਆਪਣੇ ਨਿੱਜੀ ਸਟਾਫ ਨੂੰ ਸੱਦ ਕੇ, ਇੰਦਰਾ ਗਾਂਧੀ ਨੇ ਬੀਬੀ ਨੇ ਇੱਕ ਸਿਰ ਮਠਿਆਈ ਦੇਸੀ ਘਿਓ ਦੀ ਤੇ 100 ਦਾ ਨੋਟ, ਉਹ ਲਾਈਨ ਬਣਾਈ ਹੈ ਇਹਨਾਂ ਦੀ ਤੇ ਦੇਣ ਦੀ ਤੁਰੀ ਜਾਂਦੀ। ਇਹਨਾਂ ਦੀ ਵਾਰੀ ਵੀ ਆ ਗਈ, ਇਹਨਾਂ ਨੇ ਇੱਕ ਸਿਰ ਮਠਿਆਈ ਇਹਨਾਂ ਦੇ ਵੀ ਤਲੀ ਦੇ ਉੱਤੇ ਧਰੀ ਗਈ ਤੇ 100 ਦਾ ਨੋਟ ਧਰਿਆ ਗਿਆ, ਲਿਆਏ ਭਰੇ ਪੀਤੇ ਲੈਂਦੇ ਹੈ। ਤੇ ਪਰ ਸਰਦਾਰ ਬੇਅੰਤ ਸਿੰਘ ਸਰਦਾਰ ਸਤਵੰਤ ਸਿੰਘ ਨੂੰ ਕਹਿੰਦਾ ਵੀ ਇਹ ਇੱਕ ਸੇਰ ਮਠਿਆਈ, ਇਹ 100 ਦਾ ਨੋਟ ਕੌਮ ਦੇ ਡੁੱਲੇ ਹੋਏ ਖੂਨ ਦੀ ਸਾਨੂੰ ਕੀਮਤ ਦਿੱਤੀ ਜਾ ਰਹੀ ਹੈ, ਨਹੀਂ ਖਾਧੀ, ਕੂੜੇਦਾਨ ਪਿਆ ਸੀ ਲਾਗੇ ਸੁੱਟ ਦਿੱਤੀ, 100 ਦਾ ਨੋਟ ਵੀ ਜੇਬ ਵਿੱਚ ਨਹੀਂ ਪਾਇਆ, ਉਹ ਵੀ ਕੂੜੇਦਾਨ ਸੁੱਟ ਦਿਓ। ਆਖਿਰਕਾਰ ਉਹ ਸਮਾਂ ਆ ਗਿਆ 31 ਅਕਤੂਬਰ ਦਾ, ਉਹਨੇ ਇੰਟਰਵਿਊ ਲੈਣ ਵਾਸਤੇ ਉਹਨਾਂ ਨੇ ਆ ਕੇ ਕੈਮਰੇ ਫਿੱਟ ਕਰ ਲਏ ਉਸ ਨੂੰ ਨੇ। ਤੇ ਬਸੰਤੀ ਇਹਦੀ ਨੁੰਕਰਾਣੀ ਸੀ, ਦਿਨ ਚੜ ਗਿਆ ਪਰ ਅਜੇ ਉੱਠੀ ਨਹੀਂ, ਉਹਨੇ ਜਾ ਕੇ ਛੇਤੀ, ਮੈਡਮ ਛੇਤੀ ਉੱਠੋ, ਉਸਤੀ ਨੋਬ ਆ ਗਿਆ, ਉਹਨੇ ਤੁਹਾਡੇ ਦਫ਼ਤਰ ਵਿੱਚ ਆ ਕੇ ਕੈਮਰੇ ਫਿੱਟ ਕਰ ਦਿੱਤੇ, ਛੇਤੀ ਛੇਤੀ ਉੱਠੋ। ਤੇ ਕਹਿੰਦੇ ਵੀ ਬੀਬੀ ਉੱਠੀ ਹੈ, ਉਹ ਕਹਿੰਦੀ ਉਹ ਮੈਂ ਤਾਂ ਲੇਟ ਹੋ ਗਈ, ਦਵਾ ਦਵ ਕਹਿੰਦੀ ਮੈਂ ਬਾਥਰੂਮ ਵਿੱਚ ਚੱਲੀ ਨਾ ਆ ਕੇ, ਤੂੰ ਮੇਰਾ ਨਾਸ਼ਤਾ ਤਿਆਰ ਕਰ, ਬੀਬੀ ਗਈ ਹੈ ਨਹਾਉਣ ਵਾਸਤੇ। ਖੁਸ਼ਵੰਤ ਸਿੰਘ ਲਿਖਦਾ ਕਹਿੰਦਾ ਵੀ ਬੀਬੀ ਨੇ ਨਹਾ ਕੇ ਸੰਤਰੇ ਰੰਗ ਦੀ ਸਾੜੀ ਪਾਈ ਹੈ, ਬੀਬੀ ਨੇ ਲਾਲ ਰੰਗ ਦੀਆਂ ਚੂੜੀਆਂ ਪਾਈਆਂ, ਬੀਬੀ ਨੇ ਲਾਈ ਹੈ ਮੱਥੇ ਦੇ ਉੱਤੇ ਬਿੰਦੀ, ਬੀਬੀ ਨੇ ਲਾਇਆ ਸੁਰਖੀ ਪਾਊਡਰ, ਬੀਬੀ ਨੇ ਲਾਇਆ ਟਿਚਨ ਬਿਚਨ, ਤੇ ਬੀਬੀ ਐਨ ਤਿਆਰ ਪੁਰ ਤਿਆਰ ਹੋ ਕੇ ਆਪਣੀ ਨੌਕਰਾਨੀ ਬਸੰਤੀ ਨੂੰ ਪੁੱਛਦੀ ਹੈ, ਬਸੰਤੀ ਮੈਂ ਇਸ ਲਿਬਾਸ ਵਿੱਚ ਚੰਗੀ ਲੱਗਦੀ, ਸੋਹਣੀ ਲੱਗਦੀ ਹੈ, ਫੱਬਦੀ ਹੈ? ਤੇ ਹੁਣ ਬਸੰਤੀ ਵਿਚਾਰੀ ਕੀ ਆਖੇ, ਨੌਕਰਾਨੀ ਸੀ ਉਹਦੀ, ਉਹ ਕੀ ਆਖੇ ਵੀ ਮੈਡਮ ਹਿੰਦੁਸਤਾਨ ਦੀਆਂ ਰੰਡੀਆਂ ਜਨਾਨੀਆਂ ਇਹੋ ਜਿਹੇ ਛਾਣੇ ਬਾਣੇ ਨਹੀਂ ਪਾ ਸਕਦੀਆਂ। ਉਹ ਨੌਕਰਾਨੀ ਸੀ ਕਹਿਣ ਲੱਗੀ, ਕਹਿੰਦੀ ਬਹੁਤ ਸੁੰਦਰ, ਬਿਊਟੀਫੁੱਲ, ਮੈਡਮ ਜੀ ਤੁਸੀਂ ਤਾਂ ਇਉਂ ਲੱਗਦੇ ਹੋ ਜਿਵੇਂ ਅੱਜ ਸੱਜਰੇ ਹੀ ਵਿਆਹੇ ਹੁੰਦੇ ਹੋ। ਤੇ ਉਹਨਾਂ ਨੂੰ ਕੀ ਪਤਾ ਵੀ ਬਾਹਰ ਦੋ ਬਾਬੇ ਡੀਕਦੇ ਆ, ਤੇ ਉਹਨਾਂ ਨੇ ਅੱਜ ਲਾਵਾਂ ਪੜ੍ਹ ਦੇਣੀਆਂ ਜਮਦੂਤ ਨਾਲ, ਉਹ ਜਮਦੂਤ ਨਾਲ ਵਿਆਹ ਦੇਣੀ। ਆਖਿਰਕਾਰ ਉਹ ਸਮਾਂ, ਉਹਦੇ ਨੌਕਰ ਆਏ, ਉਹਦੇ ਚੁੰਮਚੇ ਆਏ, ਉਹਨਾਂ ਨੇ ਛਤਰੀ ਤਾਣ ਲਈ ਹੈ, ਤੇ ਬੀਬੀ ਨਿਕਲੀ ਆਪਣੇ ਘਰੋਂ ਤੇ ਠੁੰਮਕ ਠੁੰਮਕ ਕਰਦੀ ਉਹ ਦਫ਼ਤਰ ਵਾਲੇ ਪਾਸੇ ਤੁਰੀ ਜਾਂਦੀ ਹੈ। ਤੇ ਸਾਹਮਣੇ ਦੋ ਬਾਬੇ ਖਲੋਤੇ ਇੰਤਜ਼ਾਰ ਕਰ ਰਹੇ ਸਨ, ਸਰਦਾਰ ਬੇਅੰਤ ਸਿੰਘ ਦੇ ਨੇੜੇ ਗਈ ਹੈ, ਉਹਨੇ ਫਰਜ਼ੀ ਤੌਰ ਤੇ ਸਲੂਟ ਮਾਰਿਆ, ਔਰ ਜਦੋਂ ਬੀਬੀ ਝੁਕੀ ਹੈ ਉਹਨੇ ਕੱਢ ਕੇ ਪਿਸਤੌਲ ਤੇ ਗੋਲੀਆਂ ਮਾਰੀਆਂ ਤੇ ਜ਼ਮੀਨ ਦੇ ਉੱਤੇ ਡਿੱਗੀ ਹੈ, ਡਿੱਗੀ ਹੈ, ਅੱਖਾਂ ਕਰਕੇ ਲਾਲ, ਖੂਨਨ ਬਘਿਆੜੀ ਵਾਂਗ ਕਹਿੰਦੀ ਬੇਅੰਤ ਸਿੰਘ ਯੇ ਕਿਆ ਕਰਦੇ ਹੋ। ਲਾਗੇ ਸਰਦਾਰ ਸਤਵੰਤ ਸਿੰਘ ਖਲੋਤਾ ਸੀ, ਉਹਨੇ ਕਰਕੇ ਸਟੇਨ ਗਨ ਸਿੱਧੀ ਆਖਿਆ, ਮੈਡਮ ਤੁਸੀਂ ਸਾਡਾ ਅਕਾਲ ਤਖ਼ਤ ਆਇਆ, ਅਸੀਂ ਟੱਠੇ ਹੋਏ ਅਕਾਲ ਤਖ਼ਤ ਸਾਹਿਬ ਦਾ ਬਦਲਾ ਤੁਹਾਡੀ ਹਿੱਕ ਵਿੱਚ ਗੋਲੀਆਂ ਮਾਰ ਕੇ ਤੁਹਾਡੇ ਕੋਲੋਂ ਹੇ
ਸਲੂਟ ਜਵਾਨਾਂ ਨੇ ਗੇਟ ਖੋਲ ਕੇ ਮਾਰੇ ਫੇਰ ਸਲੂਟ ਜਵਾਨਾਂ ਨੇ ਕਸਮਾਂ ਪਾਈਆਂ ਗੋਲੀ ਕੀਤੀ ਸ਼ੂਟ ਜਵਾਨਾਂ ਨੇ ਕਸਮਾਂ ਪਾਈਆਂ ਗੋਲੀ ਕੀਤੀ ਸ਼ੂਟ ਜਵਾਨਾਂ ਨੇ ਹਰਕੀਆਂ ਦਾ 41 ਨਿਉਂਦਾ ਪਾਤਾ ਬੀਬੀ ਨੂੰ ਨਿਉਂਦਾ ਪਾਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾਤਾ ਬੀਬੀ ਨੂੰ ਉਸ ਧਰਤੀ ਤੇ ਧਰਿਆ ਸੀ ਪਹਿਲਾ ਪੈਂਟ ਕਾ ਕੇ ਉਸ ਧਰਤੀ ਤੇ ਧਰਿਆ ਸੀ ਬੇਅੰਤ ਸਿੰਘ ਕੋਲ ਪਿਸਟਲ 6 ਗੋਲੀ ਦਾ ਭਰਿਆ ਸੀ ਬੇਅੰਤ ਸਿੰਘ ਕੋਲ ਪਿਸਟਲ 6 ਗੋਲੀ ਦਾ ਭਰਿਆ ਸੀ ਘੋੜਾ ਦਿੱਤਾ ਦੱਬ ਫੇਰ ਫੜਕਾ ਤਾ ਬੀਬੀ ਨੂੰ ਫੇਰ ਫੜਕਾ ਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਲਾਸ਼ਾਨਣੀ ਕੀਤੀ ਦੁਨੀਆ ਵੇਖੀ ਜਾਂਦੀ ਏ ਲਾਸ਼ਾਨਣੀ ਕੀਤੀ ਦੁਨੀਆ ਵੇਖੀ ਜਾਂਦੀ ਏ ਤਾਰਾਂ ਗਈਆਂ ਖੜਕ ਮਾਰਦੀ ਇੰਦਰਾ ਗਾਂਧੀ ਏ ਤਾਰਾਂ ਗਈਆਂ ਖੜਕ ਮਾਰਦੀ ਇੰਦਰਾ ਗਾਂਧੀ ਏ ਅਕਾਲ ਤਖਤ ਦਾ ਸਾਕਾ ਅਕਾਲ ਤਖਤ ਦਾ ਸਾਕਾ ਯਾਦ ਕਰਾ ਤਾ ਬੀਬੀ ਨੂੰ ਯਾਦ ਕਰਾ ਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਤੁਹਾਡਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਹਸਪਤਾਲ ਚ ਲੈ ਗਏ ਨੇ ਲਾਸ਼ ਚੁੱਕ ਕੇ ਛੇਤੀ ਹਸਪਤਾਲ ਚ ਲੈ ਗਏ ਨੇ ਵੱਡੇ ਵੱਡੇ ਸਰਜਣ ਜ਼ੋਰ ਲਗਾ ਕੇ ਬਹਿ ਗਏ ਨੇ ਵੱਡੇ ਵੱਡੇ ਸਰਜਣ ਜ਼ੋਰ ਲਗਾ ਕੇ ਬਹਿ ਗਏ ਨੇ ਫਕੀਰ ਮੌਤ ਨੂੰ ਅਕਬਰ ਰੋੜ ਪਹੁੰਚਾ ਤਾ ਬੀਬੀ ਨੂੰ ਰੋੜ ਪਹੁੰਚਾ ਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਧਰਦਾ ਪਾਸ ਬਣਾ ਕੇ ਰੇਲ ਚੜਾ ਤਾ ਬੀਬੀ ਨੂੰ ਮਿਲਿਆ ਹੋਇਆ ਸਮਾਂ ਸਮਾਪਤ ਹੈ ਇਤਿਹਾਸ ਦੇ ਸਤਿਕਾਰ ਵਿੱਚ ਆਪ ਜੀ ਨੇ ਬਹੁਤ ਸਾਰਾ ਪਿਆਰ ਭੇਜਿਆ ਮਾਇਆ ਦੇ ਰੂਪ ਵਿੱਚ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਨਾਮ ਦੇ ਉੱਤੋਂ ਮਾਇਆ ਅਰਦਾਸ ਕਰਵਾਈ ਹੈ ਸਿੰਘਾਂ ਨੇ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਗੁਰਦੇਵ ਪਿਤਾ ਕਿਰਪਾ ਕਰਨ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਕੌਮ ਦੇ ਮਹਾਨ ਵਿਦਵਾਨ ਢਾਡੀ ਗਿਆਨੀ ਸੀਤਲ ਸਿੰਘ ਜੀ ਗਿਆਨੀ ਸੀਤਲ ਸਿੰਘ ਜੀ ਜੋ ਗਿਆਨੀ ਮੂਲਾ ਸਿੰਘ ਜੀ ਪਾਖਰਪੁਰੀ ਦੇ ਨਾਲ ਉਹ ਸੇਵਾ ਕਰਦੇ ਨੇ ਉਹਨਾਂ ਨੇ ਕੀਰਤਨ ਦੇ ਸਤਿਕਾਰ ਵਿੱਚ ਮਾਇਆ ਭੇਜੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕੌਮ ਦੇ ਮਹਾਨ ਵਿਦਵਾਨ ਢਾਡੀ ਗਿਆਨੀ ਜਸਵੀਰ ਸਿੰਘ ਜੀ ਵਲਟੋਆ ਜੋ ਮੇਰੇ ਤੋਂ ਪਹਿਲਾਂ ਹਾਜ਼ਰੀ ਭਰ ਕੇ ਗਏ ਉਹਨਾਂ ਨੇ ਵੀ ਕੀਰਤਨ ਦੇ ਸਤਿਕਾਰ ਵਿੱਚ ਮਾਇਆ ਭੇਜੀ ਸੀ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਰਾਗੀ ਹਰਦਿਆਲ ਸਿੰਘ ਜੀ ਕਿਰਪਾਲ ਸਿੰਘ ਜੀ ਜੋ ਮਹਾਨ ਰਾਗੀ ਨੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਉਹਨਾਂ ਨੇ ਵੀ ਕੀਰਤਨ ਦੇ ਸਤਿਕਾਰ ਵਿੱਚ ਮਾਇਆ ਭੇਜੀ ਆਪ ਸਰਬੱਤ ਦਾ ਬਹੁਤ ਬਹੁਤ ਧੰਨਵਾਦ ਆਓ ਇੱਕ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਗੁਰਦੇਵ ਪਿਤਾ ਕਿਰਪਾ ਕਰਨਾ ਉਹ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਤਰਸੇਮ ਸਿੰਘ ਖਾਲਸਾ ਪਸੂ ਆ ਗਿਆ ਮੰਗਦਾ ਮੇਰਾ ਸਾਥ ਦੇ ਰਹੇ ਸਨ ਅੰਮ੍ਰਿਤ ਸਿੰਘ ਇਕਬਾਲ ਸਿੰਘ ਸਰੰਗੀ ਮਾਟਰ ਸ਼ਰਨਜੀਤ ਸਿੰਘ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ